खबर नजर सत श्री अकाल जी। प्रोग्राम खबर ते नजर हरजिंदर वालिया शो विच तुहाडा स्वागत। प्यारे दर्शको, पहली खबर बड़ी खबर बनाई है भगवंत मान साहब ने, जदों उन्होंने कहा कि मैनू 7 साल हो गए, मैं प्रधान भी हाँ ते मैं मुख्यमंत्री भी हाँ, मेरे को 12-13 महकमे भी ने, ते हुण किसे होर नू मौका देना चाहिए, प्रधान कोई होर होना चाहिए आम आदमी पार्टी का। ये उन्होंने कहा, जानी वह प्रधानगी छड़ रहे ने जां छड़ाई जा रही है, ये एक चर्चा का विषय बनिया होया। गल करांगे, गल दूजी करांगे जो प्रधानगी की दूजी गल है कि हुण बीबी जगीर कौर अज प्रधान बनते ने जां धामी साहब, दोने चार चार बारी प्रधान पहला रह चुके ने श्रोमणी गुरद्वारा प्रबंधक कमेटी के। अज 12 बजे मीटिंग होनी है, इजलास होना है तेजा सिंह समुद्री हाल के विच, देखते हैं की बनता है। ਬਿਰਸਾ ਸਿੰਘ ਬਲਟੋਹਾ 2-3 ਦਿਨ ਚੁੱਪ ਰਹਿਣ ਤੋਂ ਬਾਅਦ ਫਿਰ ਚੱਲ ਪਿਆ ਕੰਮ ਉਹਦਾ, ਤੇ ਹੁਣ ਉਹ ਫਿਰ ਕਹਿੰਦਾ ਇਹ ਜਿਹੜੇ ਜਥੇਦਾਰ ਨੇ ਇਹਨਾਂ ਮੈਨੂੰ ਗਾਲਾਂ ਕੱਢੀਆਂ ਨੇ, ਕਹਿੰਦੇ ਤੁਸੀਂ ਵੀਡੀਓ ਰਿਕਾਰਡਿੰਗ ਹੈਗੀ ਆ ਉਹ ਜਨਤਕ ਕਰੋ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੂੰ ਤਾਂ ਕਹਿੰਦੇ ਤੋ ਪਤਾ ਨੀ ਹੁਣ ਇਹ ਕਿਵੇਂ ਹੈ। ਤੇ ਦੂਜੇ ਪਾਸੇ ਚਰਨਜੀਤ ਸਿੰਘ ਬਰਾੜ ਕਹਿੰਦਾ ਇਹ ਸਭ ਲੱਗੇ ਹੋਏ ਨੇ ਜਥੇਦਾਰਾਂ ਨੂੰ ਬਦਨਾਮ ਕਰਨ ਦੀ, ਕਰਤਾਰ ਕੁਸ਼ੀ ਕਰਨ, ਇਹਨਾਂ ਦੇ ਉਹਨੇ 9 ਦੱਸੇ ਨੇ ਜਿਹੜੇ ਇਹਨਾਂ ਦੇ ਫੇਕ ਅਕਾਊਂਟ ਨੇ ਸੋਸ਼ਲ ਮੀਡੀਆ ਤੇ, ਇਹ ਵੀ ਨਾਲੋਂ ਨਾਲ ਚੱਲ ਰਿਹਾ ਹੈ। ਤੇ ਕਿਸਾਨਾਂ ਨੇ ਜਾਮ ਖੋਲਤਾ, ਜਿਹੜੀ ਇਹ ਜਥੇਬੰਦੀ ਹੈ ਨਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਤੇ ਸਰਬਜੀਤ ਸਿੰਘ ਭਦੇਰ ਵਾਲਾ ਮੋਰਚਾ, ਦੋਨਾਂ ਨੇ 5 ਥਾਵਾਂ ਤੇ ਲਾਇਆ ਸੀ ਇਹ ਖੋਲਤਾ। ਪਹਿਲਾਂ ਵੀ ਕਈ ਵਾਰ ਹੋਇਆ, ਲੋਕ ਚਰਚਾ ਕਰਨ ਲੱਗ ਗਏ, ਗੱਲਬਾਤ ਤਾਂ ਨੀ ਕਿਤੇ ਕੋਈ ਪਿੱਛੋਂ ਚੱਲ ਰਹੀ ਇਹਨਾਂ ਦੀ ਸਰਕਾਰ ਨਾਲ, ਇਹ ਵੀ ਦੇਖਦੇ ਹਾਂ। ਪ੍ਰਹਲਾਦ ਜੋਸ਼ੀ ਵੀ ਕਹਿੰਦਾ ਲਓ ਦਾਣਾ ਦਾਣਾ ਚੱਕ ਦਾਂਗੇ ਆਪਾਂ, ਗੱਲ ਹੀ ਕੁਛ ਨੀ, ਇਹ ਵੀ ਕੱਟ। ਪਰ ਰਵਨੀਤ ਬਿੱਟੂ ਮੇ ਲੱਗਿਆ ਹੋਇਆ, 44,000 ਕਰੋੜ ਦਾ ਬੜਾ ਕਹਿ ਰਿਹਾ ਬਿੱਟੂ, ਹਾਲਾਂਕਿ ਬਿੱਟੂ ਸਾਹਿਬ ਨੂੰ ਪਤਾ ਵੀ ਇਹ ਤਾਂ ਇੱਕ ਕ੍ਰੈਡਿਟ ਲਿਮਿਟ ਹੈ, ਇਹ ਤਾਂ ਕਰਜ਼ਾ ਹੈ, ਉਹਦੇ ਬਦਲੇ 'ਚ ਤੁਸੀਂ ਅਨਾਜ ਖਰੀਦ ਰਹੇ ਹੋ। ਖੈਰ, ਅੱਜ ਮੋਦੀ ਸਾਹਿਬ ਦੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਮਨ ਕੀ ਬਾਤ ਹੈ ਉਹਦੀ ਗੱਲ ਕਰਨੀ ਬਣਦੀ ਹੈ, ਕਿਉਂਕਿ ਬਹੁਤ ਅਹਿਮ ਵਿਸ਼ੇ 'ਤੇ ਉਹਨਾਂ ਨੇ ਅੱਜ ਦੇਸ਼ ਨੂੰ ਸਮਝਾਇਆ। ਗੱਲ ਕਰਾਂਗੇ ਤੇ ਦੇਸ਼ ਕਰੇ ਕੀ, ਹਰ ਰੋਜ਼ ਮਜ਼ਾਕ ਹੋ ਰਿਹਾ ਐਡੇ ਵੱਡੇ ਦੇਸ਼ ਨਾਲ। ਕੱਲ ਵੀ 50 ਫਲਾਈਟਸ ਦੇ ਉੱਤੇ ਬੰਬ ਦੀ ਜਿਹੜੀ ਧਮਕੀ ਸੀ ਉਹ ਦਿੱਤੀ ਗਈ ਸੀ। ਤੇ ਬਾਕੀ ਸਾਡੇ ਦੇਸ਼ ਦੇ ਜਿਹੜੇ ਚੀਫ ਜਸਟਿਸ ਡੀ ਵਾਈ ਚੰਦਰਚੂੜ, ਉਹਨਾਂ ਦਾ ਮੋਦੀ ਸਾਹਿਬ ਨਾਲ ਜਦੋਂ ਰਿਟਾਇਰਮੈਂਟ ਦੇ ਨੇੜੇ ਨੇ, ਬਸ ਕੁਛ ਦਿਨ ਰਹਿ ਗਏ, ਹੁਣ ਉਹਨਾਂ ਦਾ ਜਿਹੜਾ ਮੇਲਾ ਜੁਲਣਾ ਵਧਿਆ ਹੋਇਆ, ਵਧੇ ਤਾਂ ਉਸ ਦਿਨ ਦਾ ਹੋਇਆ ਜਦੋਂ ਗਣੇਸ਼ ਪੂਜਾ 'ਚ ਸ਼ਾਮਿਲ ਹੋਏ ਸੀ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ 'ਤੇ ਆਪਾਂ ਗੱਲਬਾਤ ਕਰਨੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਲੇਕਿਨ ਪਹਿਲਾਂ ਆਪਾਂ ਖਬਰ ਲੈ ਲਈਏ ਭਗਵੰਤ ਮਾਨ ਦੀ। ਦੇਖੋ, ਮਾਨ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਐਕਟਿਵ ਹੋਏ ਨੇ ਜਾਂ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਤਾਂ ਜਿਹੜਾ ਹੈ ਲੋਕ ਚਰਚਾ ਕਰੀ ਜਾਂਦੇ ਨੇ, ਲੇਕਿਨ ਉਹ ਗਏ ਨੇ DAP ਜਿਹੜੀ ਖਾਦ ਦੀ ਕਮੀ ਹੈ ਉਹਨੂੰ ਲੈ ਕੇ, ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਰਸਾਇਣ ਤੇ ਖਾਦ ਮੰਤਰੀ JP Nadda ਸਾਹਿਬ ਨੂੰ ਮਿਲੇ ਸੀ, ਤੁਹਾਨੂੰ ਖਬਰ ਅਸੀਂ ਦੱਸੀ ਸੀ ਤੇ ਕਿਹਾ ਸੀ ਵੀ ਸਾਡੇ ਤੁਸੀਂ ਅਸੀਂ ਦੇਖੋ 51% ਤੋਂ ਵੱਧ ਸਾਡਾ ਹਿੱਸਾ ਹੁੰਦਾ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ, ਤੁਸੀਂ ਸਾਨੂੰ ਪੂਰੀ DAP ਦਿਓ, ਬਹੁਤ ਘੱਟ ਮਿਲੀ ਹੈ, ਮਿਲਣੀ ਚਾਹੀਦੀ ਸੀ 4.8 ਲੱਖ ਟਨ ਤੇ ਤੁਸੀਂ ਭੇਜੀ ਹੈ ਸਾਰੀ 3.3 ਮਤਲਬ 3.30 ਟਨ ਸਾਡੇ ਕੋਲ ਆਈ ਹੈ, ਜਿਹੜੀ ਬਾਕੀ ਹੈ ਉਹ ਭੇਜ ਦਿਓ, 15 ਨਵੰਬਰ ਤੱਕ ਸਾਨੂੰ ਜ਼ਰੂਰਤ ਹੁੰਦੀ ਹੈ। ਇਹ ਗੱਲ ਕਰਨ ਤੋਂ ਬਾਅਦ ਇਹ ਤਾਂ ਹੋ ਗਈ ਸੀ ਗੱਲ, ਉਹ ਤੋਂ ਬਾਅਦ ਮਾਨ ਸਾਹਿਬ ਪਹਿਲਾਂ ਵਾਂਗੂ ਨਹੀਂ ਵੀ ਜਾ ਕੇ ਕੇਜਰੀਵਾਲ ਸਾਹਿਬ ਦੇ ਕੋਲ ਹਾਜ਼ਰੀ ਭਰੀ, ਸਿੱਧੇ ਪਹੁੰਚੇ, ਸ਼ਾਇਦ ਪ੍ਰੋਗਰਾਮ ਹੀ ਇਸ ਤਰ੍ਹਾਂ ਦਾ ਬਣਾ ਕੇ ਭੇਜਿਆ ਹੋਊ ਉਹਨਾਂ ਦੀ ਟੀਮ ਨੇ। ਤੇ ਉਹ ਪਹੁੰਚੇ ਇਸ਼ਾਂਤ ਚੱਬੇਵਾਲ, ਉਹਦੇ ਹੱਕ 'ਚ ਜਿਹੜਾ ਜਿਮਨੀ ਚੌਣ, ਕੱਲ੍ਹ 2 ਤੇ ਗਏ ਨੇ, ਇੱਕ ਤਾਂ ਡੇਰਾ ਬਾਬਾ ਨਾਨਕ ਤੇ ਦੂਜਾ ਇੱਥੇ ਰੰਧਾਵਾ ਸਾਹਿਬ ਦੇ ਹੱਕ 'ਚ ਗਏ, ਤੇ ਇਹ ਆਪਦੇ ਇਸ਼ਾਂਤ ਚੱਬੇਵਾਲ ਦੇ, ਰਾਜਕੁਮਾਰ ਚੱਬੇਵਾਲ ਦੇ ਬੇਟੇ ਦੇ ਹੱਕ 'ਚ। ਇਸ ਵਾਰ ਮਾਨ ਸਾਹਿਬ ਇਹ ਨਹੀਂ ਕਹਿੰਦੇ, ਦੋਨੇ ਥਾਵਾਂ 'ਤੇ ਮੈਂ ਸੁਣਿਆ ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਜਿਤਾਓ ਮੈਂ ਮੰਤਰੀ ਬਣਾ ਦੂੰਗਾ, ਹੁਣ ਉਹ ਇਹ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਜਿਤਾਓ, ਤੁਸੀਂ ਜਦੋਂ ਇਹਨਾਂ ਨੂੰ ਜਿਤਾ ਕੇ ਭੇਜੋਗੇ ਜਿਹੜਾ ਕੰਮ ਆਊਗਾ ਮੈਂ ਉੱਥੇ ਜਿਹੜਾ ਹੈ ਦਸਤਕ ਕਰ ਦੂੰਗਾ।
ਬਸ ਜਿਹੜਾ ਕੰਮ ਇਹ ਕਹਿਣਗੇ ਮੈਂ ਕਰ ਦੂੰਗਾ। ਜਾਨੀ ਇੰਨੀ ਕੁ ਚੇਂਜ ਆ ਗਈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਨਾ ਸੌਖਾ ਕੰਮ ਨਹੀਂ, ਜੋ ਮੈਂ ਵਾਅਦਾ ਕਰੂੰਗਾ ਪੂਰਾ ਹੋਊਗਾ। ਤੇ ਫਿਰ ਉਹਨਾਂ ਨੇ ਜਿਹੜੀਆਂ ਬੜੀਆਂ ਗੱਲਾਂ ਕੀਤੀਆਂ, ਉਹਦੇ ਚ ਇੱਕ ਗੱਲ ਉਹਨਾਂ ਨੇ ਅਕਾਲੀਆਂ ਬਾਰੇ ਕੀਤੀ। ਅਕਾਲੀਆਂ ਤੇ ਤਾਂ ਉਹ ਮਨ ਪਸੰਦ ਹੈ ਮਾਨ ਸਾਹਿਬ ਦਾ, ਸੁਖਬੀਰ ਬਾਦਲ ਤੇ ਜਿਹੜਾ ਅਟੈਕ, ਕਿ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਤੇ ਹੁਣ ਇਹ ਤਾਂ ਚੋਣ ਮੈਦਾਨ ਜ਼ਿਮਨੀ ਚੋਣ ਚ ਭੱਜ ਗਏ, ਇਸ ਤਰ੍ਹਾਂ ਦੀ ਗੱਲ ਕਹਿੰਦੇ। ਸੁਖਬੀਰ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਵੀ ਤੇ ਪਾਰਟੀ ਦਾ ਵੀ। ਕਹਿੰਦੇ ਮੈਂ ਇਹਨਾਂ ਨੂੰ ਕਹਿਣਾ ਜੇ ਸੁਖਬੀਰ ਬਾਦਲ ਦੇ ਬਿਨਾਂ ਤੁਸੀਂ ਲੜ ਲੈਂਦੇ ਸ਼ਾਇਦ ਜ਼ਿਆਦਾ ਵੋਟਾਂ ਲੈ ਲੈਂਦੇ, ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਤੋਂ ਇਹ ਗੱਲਾਂ ਚ ਦੋ ਗੱਲਾਂ ਇੰਪੋਰਟੈਂਟ ਨੇ ਜਿਹੜੀਆਂ ਮੈਂ ਕਰ ਲਈਆਂ ਨੇ। ਇੱਕ ਗੱਲ ਪਤਾ ਨਹੀਂ ਉਹ ਹਜ਼ਮ ਹੋਊਗੀ ਜਾਂ ਵਿਰੋਧੀ ਧਿਰ ਸ਼ਿਕਾਇਤ ਕਰੂਗੀ ਕਿ ਉਹਨਾਂ ਨੇ ਕਿਹਾ ਕਿ 1100 ਰੁਪਏ ਮੇਰਾ ਅਗਲਾ ਨਿਸ਼ਾਨਾ ਬੀਬੀਆਂ ਨੂੰ ਜਿਹੜਾ ਹੈ 1100 ਰੁਪਏ ਦੇਣਾ, ਜਿਹੜਾ ਮੈਂ ਵਾਅਦਾ ਕੀਤਾ ਉਹ ਵਾਅਦਾ ਪੂਰਾ ਕਰਨਾ। ਹੁਣ ਇਸ ਕਿਸਮ ਦੀ ਗੱਲ ਜਦੋਂ ਚੋਣ ਜਾਬਤਾ ਲੱਗਿਆ ਹੋਵੇ ਇਹ ਕੀਤੀ ਜਾ ਸਕਦੀ ਹੈ ਜਾਂ ਨਹੀਂ? ਮੈਂ ਇਸ ਕਰਕੇ ਕਲੀਅਰ ਨਹੀਂ ਕਿਉਂਕਿ ਇਹ ਇਹਦੇ ਚ ਵੀ ਤਾਂ ਆ ਸਕਦੀ ਹੈ ਨਾ, ਜਦੋਂ ਤੁਸੀਂ ਮੈਨੀਫੈਸਟੋ ਤੇ ਪਹਿਲਾਂ ਵੀ ਗੱਲ ਕਰ ਰਹੇ ਨੇ। ਲੇਕਿਨ ਇਹਨਾਂ ਨੇ ਕੱਲ ਉਹ ਤੇ ਗੱਲ ਕਰੀ ਕਿ ਮੈਂ ਹੁਣ ਇੱਕੋ ਹੀ ਗੱਲ ਰਹਿ ਗਈ ਮੇਰੀ ਕਿ ਮੈਂ ਬੀਬੀਆਂ ਨੂੰ ਤੁਸੀਂ, ਬਲਕਿ ਉਹਨਾਂ ਨੇ ਤਰੀਕ ਜੋੜੀ ਗੱਲ, ਕਹਿੰਦੇ ਬੀਬੀਆਂ ਨੂੰ ਸੀਟਾਂ ਦੇ ਦਿਓ, ਇਹਨਾਂ ਨੂੰ ਬੜੀ ਜਲਦੀ ਜਿਹੜਾ ਹੈ 1100 ਰੁਪਇਆ ਮਹੀਨੇ ਦਾ ਮਿਲਿਆ ਕਰਨਾ। ਇਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ। ਸੋ ਇਹ ਤਾਂ ਜਿਹੜੀਆਂ ਉੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੇ ਉਹਦੇ ਚੋਂ ਆਪਾਂ ਲੰਬੀ ਜਿਹੜੀ ਸਪੀਚ ਚੋਂ ਦੋ ਤਿੰਨ ਇੰਪੋਰਟੈਂਟ ਗੱਲਾਂ ਕੱਢੀਆਂ, ਲੇਕਿਨ ਸਭ ਤੋਂ ਇੰਪੋਰਟੈਂਟ ਗੱਲ ਉਹ ਜਿਹੜੀ ਹੈ ਉਹ ਧਿਆਨ ਖਿੱਚ ਰਹੀ ਹੈ। ਉਹ ਇਹ ਹੈ ਕਿ ਕਹਿੰਦੇ ਮੈਂ 7 ਸਾਲ ਤੋਂ ਪ੍ਰਧਾਨ ਹਾਂ ਪਾਰਟੀ ਦਾ, ਤੇ 7 ਸਾਲ ਤੋਂ ਮੇਰੀ ਪ੍ਰਧਾਨਗੀ ਚੱਲ ਰਹੀ ਹੈ, ਮੇਰੇ ਕੋਲ ਕੰਮ ਹੋਰ ਵੀ ਬਹੁਤ ਨੇ, 12-13 ਡਿਪਾਰਟਮੈਂਟ ਨੇ, ਮਤਲਬ ਮਹਿਕਮੇ ਨੇ ਮੇਰੇ ਕੋਲ, ਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਕੰਮ ਹੁਣ ਕਿਸੇ ਹੋਰ ਨੂੰ, ਪ੍ਰਧਾਨਗੀ ਕਿਸੇ ਹੋਰ ਕੋਲ ਜਾਣੀ ਚਾਹੀਦੀ ਹੈ, ਕਿਸੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਕਿ ਮੈਂ ਆਪਣੇ ਕੰਮਾਂ ਵੱਲ ਧਿਆਨ ਦੇ ਸਕਾਂ, ਪਾਰਟੀ ਦਾ ਸੰਗਠਨ ਕਿਸੇ ਹੋਰ ਕੋਲ। ਹੁਣ ਰੌਲਾ ਇਹ ਹੈ, ਇਹ ਕੋਈ ਪਹਿਲੀ ਤਾਂ ਗੱਲ ਅਸਤੀਫਾ ਇਹਨਾਂ ਦਾ ਹਾਲੇ ਪ੍ਰਵਾਨ ਨਹੀਂ ਹੋਇਆ। ਜਦੋਂ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਸੀ ਉਸ ਵੇਲੇ ਭਗਵੰਤ ਮਾਨ, ਉਸ ਵੇਲੇ ਬੜਾ ਰੌਲਾ ਪਿਆ ਸੀ, ਉਹ ਤੁਸੀਂ ਦੇਖਿਆ ਜਿਹੜਾ ਸੁਖਪਾਲ ਖਹਿਰਾ ਤੇ ਸਾਰੇ ਜਿਹੜਾ ਵਿਰੋਧ ਚ ਉੱਠੇ ਸੀ ਵੀ ਤੂੰ ਮਾਫ਼ੀ ਕਿਉਂ ਮੰਗੀ, ਸਾਥੋਂ ਤੁਸੀਂ ਪੋਸਟਰ ਲਵਾਉਂਦੇ ਰਹੇ ਤੇ ਉਦੋਂ ਤੱਕ ਕਾਲਰ ਫੜ ਕੇ ਉਹਨੂੰ ਜੇਲ੍ਹ ਚ ਭੇਜਣ ਦੀ ਗੱਲ ਕਰ ਰਹੇ ਸੀ, ਹੁਣ ਤੁਸੀਂ ਮਾਫ਼ੀ ਮੰਗਦੇ, ਉਦੋਂ ਰੌਲਾ ਪਿਆ ਸੀ ਨਾ, ਉਹੀ ਗੱਲ। ਤੇ ਉਹ ਅਸਤੀਫਾ ਵਾਲੇ ਪ੍ਰਵਾਨ ਨਹੀਂ ਹੋਇਆ, ਪਰ ਉਦੋਂ ਬਾਅਦ ਫਿਰ ਸਮੇਂ ਦੇ ਨਾਲ ਚੱਲ ਪਈ ਗੱਲ, ਚਲੋ ਗੱਲ ਖਤਮ ਹੋ ਗਈ। ਹੁਣ ਉਹ ਕਹਿੰਦੇ ਮੈਂ ਪ੍ਰਧਾਨ ਜਿਹੜਾ ਹੈ ਛੱਡਣੀ ਚਾਹੁੰਦਾ। ਹੁਣ ਰੌਲਾ ਇਹ ਵੀ ਛੱਡਣੀ ਚਾਹੁੰਦੇ ਨੇ ਜਾਂ ਇਹ ਇਸ਼ਾਰਾ ਹੋਇਆ ਕਿ ਬਹੁਤ ਹੋ ਗਿਆ ਕਿ ਤੁਸੀਂ ਪ੍ਰਧਾਨਗੀ ਜਿਹੜੀ ਹੈ ਉਹ ਕਿਸੇ ਹੋਰ ਨੂੰ ਮੌਕਾ ਦੇਈਏ। ਵੈਸੇ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਪ੍ਰਿੰਸੀਪਲ ਬੁੱਧ ਰਾਮ ਨੂੰ, ਜਿਹੜੇ ਰਿਜ਼ਰਵ ਕੈਟਾਗਰੀ ਚੋਂ ਆਉਂਦੇ ਨੇ ਜਾਂ ਕੋਈ ਚਿਹਰਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਇੱਕ ਤਵਾਜ਼ਨ ਰੱਖਣਾ ਹੁੰਦਾ। ਜੋ ਮਰਜ਼ੀ ਕਹੀਏ ਅਸੀਂ, ਸਾਡੀ ਜਿਹੜੀ ਅਸੀਂ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਨਿਰਪੱਖ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਨਿਰਪੱਖਤਾ ਇੰਨੀ ਕੁ ਕਿ ਅਸੀਂ ਜਦੋਂ ਵੋਟ ਟਿਕਟਾਂ ਵੀ ਦਿੰਦੇ ਹਾਂ ਨਾ ਉਦੋਂ ਵੀ ਧਿਆਨ ਰੱਖਦੇ ਹਾਂ ਕਿ ਇਹਦਾ ਜਾਤ ਕਿਹੜੀ ਹੈ, ਇਹਦਾ ਧਰਮ ਕਿਹੜਾ ਹੈ, ਤੇ ਉਸੇ ਤਰੀਕੇ ਨਾਲ ਅਸੀਂ ਅਹੁਦੇ ਵੀ ਵੰਡਦੇ ਹਾਂ। ਇਹ ਗੱਲ ਆਪਾਂ ਇਹਦੇ ਚ ਸਪਸ਼ਟ ਹੈ। ਹੁਣ ਇਹੀ ਗੱਲ ਹੈ ਕਿ ਇੱਥੇ ਕਿ ਹਿੰਦੂ ਕੋਈ ਚਿਹਰਾ ਬਣਾਉਣਾ ਚਾਹੀਦਾ ਪ੍ਰਧਾਨ, ਕਿਉਂਕਿ ਜੱਟ ਸਿੱਖ ਜਿਹੜਾ ਮੁੱਖ ਮੰਤਰੀ ਹੈ, ਇਹ ਵੀ ਹੋ ਸਕਦਾ ਕੋਈ SC ਨੂੰ, ਕਿਉਂਕਿ ਇਹਨਾਂ ਨੇ ਡਿਪਟੀ CM ਬਣਾਉਣ ਲਈ ਕਿਹਾ ਸੀ, ਉਹ ਵੀ ਹੋ ਸਕਦਾ, ਕੋਈ ਵੀ ਉਹਨਾਂ ਦੇ ਮਨ ਚ ਹੋ ਸਕਦਾ। ਪਾਰਟੀ ਸੰਗਠਨ ਕਿਸ ਤਰ੍ਹਾਂ ਚਲਾਉਣਾ ਅੱਗੇ ਇਹ ਤਾਂ ਕੇਜਰੀਵਾਲ ਸਾਹਿਬ ਹੀ ਦੱਸਣਗੇ ਜਾਂ ਪਾਰਟੀ ਦੱਸੂ। ਇਹਨਾਂ ਨੇ ਕੱਲ ਆਪ ਹੀ ਕਹਿਤਾ ਜਦੋਂ ਉਹਨੂੰ ਪੁੱਛਿਆ ਵੀ ਕਿਹਨੂੰ ਤੁਸੀਂ ਰਿਕਮੈਂਡ ਕਰੋ, ਕਹਿੰਦਾ ਪਾਰਟੀ ਨੇ ਡਿਸਾਈਡ ਕਰਨਾ, ਮਾਨ ਸਾਹਿਬ ਕਹਿੰਦੇ ਤਾਂ ਪਾਰਟੀ ਡਿਸਾਈਡ ਕਰੂਗੀ ਵੀ ਕਿਹਨੂੰ ਬਣਾਉਣਾ ਹੈ ਜਾਂ ਕਿਹਨੂੰ। ਲੇਕਿਨ ਲੱਗਦਾ ਇਹ ਹੈ ਕਿ ਦੀਵਾਲੀ ਤੋਂ ਬਾਅਦ ਮਾਨ ਸਾਹਿਬ ਪ੍ਰਧਾਨਗੀ ਛੱਡਣਗੇ। ਬਹੁਤ ਸਾਰੀਆਂ ਚੇਂਜਸ ਆਪਾਂ ਦੇਖੀਆਂ ਨੇ, ਹੋਈਆਂ ਨੇ, ਨਵੇਂ ਐਡਵਾਈਜ਼ਰ, ਨਵੇਂ ਸਾਰਾ ਕੁਛ ਆਇਆ ਉਹਦੇ ਚ, ਇਹ ਵੀ ਆ ਸਕਦਾ। ਹੋ ਸਕਦਾ ਥੋੜੇ ਜਿਹੜਾ ਉਹਨੂੰ ਕਹਿੰਦੇ ਨੇ ਸਾਡੇ ਕੋਲ ਭਾਰ ਬਹੁਤ ਜ਼ਿਆਦਾ, ਹੋ ਸਕਦਾ ਜਿਹੜੇ ਭਾਰੀ ਮਹਿਕਮੇ ਵੀ ਲੈ ਲਏ ਜਾਣ। ਗ੍ਰਹਿ ਦੀ ਚਰਚਾ ਸੁਣਦੀ ਹੈ ਵੀ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ, ਜੋ ਵੀ ਹੈ
ਉਹ ਤੁਹਾਡੇ ਸਾਹਮਣੇ ਹੋ ਗਿਆ, ਲੇਕਿਨ ਇਹ ਗੱਲ ਵੱਡੀ ਹੈ। ਔਰ ਇਹ ਗੱਲ ਦੇ ਵਿੱਚ ਜਿਹੜੀ ਸਟੇਜ ਤੇ ਹੁੰਦੀ ਹੈ ਨਾ, ਦੋ ਕਿਸਮ ਦੀ ਨਿਊਜ਼ ਹੁੰਦੀ ਹੈ ਪਿਆਰੇ ਦਰਸ਼ਕੋ। ਇੱਕ ਹੁੰਦੀ ਹੈ ਨਿਊਜ਼, ਇੱਕ ਜੇ ਤੁਸੀਂ ਰਾਮਲੀਲਾ ਤਾਂ ਸਾਹਮਣੇ ਦੇਖੀ ਹੈ ਨਾ, ਰਾਮਲੀਲਾ ਜਦੋਂ ਸਟੇਜ ਤੇ ਹੁੰਦੀ ਹੈ ਉਹੀ ਐਕਟਰ ਜਿਹੜੇ ਸਟੇਜ ਤੇ, ਕੋਈ ਰਾਮ ਹੈ, ਕੋਈ ਸੀਤਾ ਹੈ ਤੇ ਕੋਈ ਰਾਵਣ ਹੈ, ਤੇ ਜਿਹੜਾ ਗ੍ਰੀਨ ਰੂਮ ਹੁੰਦਾ ਜਿੱਥੇ ਮੇਕਅਪ ਕਰਦੇ ਨੇ, ਜਿੱਥੇ ਰਾਵਣ ਬਣਦਾ ਹੈ ਜਾਂ ਜਿੱਥੇ ਹਨੂੰਮਾਨ ਦੇ ਪੂਛ ਲਾਈ ਜਾਂਦੀ ਹੈ, ਉਹਨੂੰ ਗ੍ਰੀਨ ਰੂਮ ਕਹਿੰਦੇ ਨੇ। ਗ੍ਰੀਨ ਰੂਮ 'ਚ ਜੋ ਕੁਛ ਹੁੰਦਾ ਬਿਲਕੁਲ ਵੱਖਰਾ ਹੁੰਦਾ, ਸੋਚ ਵੀ ਨਹੀਂ ਸਕਦੇ ਤੁਸੀਂ ਜਿਸ ਤਰੀਕੇ ਨਾਲ ਉੱਥੇ ਬੋਲਦੇ ਨੇ ਜਾਂ ਚੱਲਦਾ। ਸਟੇਜ ਤੇ ਆ ਕੇ ਬਿਲਕੁਲ ਜਿਹੜੀ ਹੈ ਕਹਾਣੀ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ। ਜੇ ਤੁਸੀਂ ਸਹੀ ਤਰੀਕੇ ਨਾਲ ਗੱਲ ਸਮਝਣੀ ਹੋਵੇ ਨਾ, ਉਹ ਜਿਹੜੀ ਗ੍ਰੀਨ ਰੂਮ 'ਚ ਜੋ ਕੁਛ ਚੱਲਦਾ ਸਟੇਜ ਨੂੰ ਭੁੱਲ ਜਾਓ, ਉਹਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਹੈ। ਨਿਊਜ਼ ਬਿਹਾਈਂਡ ਨਿਊਜ਼ ਉਹ ਜਿਹੜੀ ਹੁੰਦੀ ਹੈ, ਉਹਦੇ 'ਚ ਫਿਰ ਤੁਹਾਨੂੰ ਇਹ ਗੱਲਾਂ ਵੀ ਪ੍ਰਧਾਨਗੀ ਛੱਡ ਰਹੇ ਹੈ ਜਾਂ ਛੱਡੀ ਜਾ ਰਹੀ ਹੈ ਜਾਂ ਕਿਵੇਂ ਹੁੰਦਾ। ਹੁਣ ਬਸੰਦਰਾ ਰਾਜੇ ਬਣਨਾ ਚਾਹੁੰਦੀ ਸੀ ਰਾਜਸਥਾਨ ਦੀ ਚੀਫ ਮਿਨਿਸਟਰ, ਤੇ ਉਹਦੇ ਹੱਥ 'ਚ ਪਰਚੀ ਫੜਾਤੀ। ਹੁਣ ਉਹ ਸਟੇਜ ਤੇ ਬੈਠੇ ਨੇ ਨਾ, ਪਰਚੀ 'ਚੋਂ ਨਾਂ ਲੈ ਰਹੀ ਹੈ ਵੀ ਆਹ ਮੁੱਖ ਮੰਤਰੀ। ਇਸ ਤਰ੍ਹਾਂ ਉੱਥੇ ਸਟੇਜ ਬਹੁਤ ਕੁਛ ਕਰਨਾ ਪੈਂਦਾ ਹੈ। ਜਿਹੜੀ ਸਿਆਸਤ ਦੇ ਵਿੱਚ ਜਿਹੜੇ ਰੀਅਲ ਦੇ ਐਕਟਰ ਹੁੰਦੇ ਨੇ, ਉਹਨਾਂ ਨੂੰ ਰੀਅਲ ਐਕਟਰ ਇਹ ਜਿਹੜੇ ਹੁੰਦੇ ਨੇ ਜ਼ਿਆਦਾ ਇਹਨਾਂ ਇਹ ਜ਼ਿਆਦਾ ਢੀਠ ਹੁੰਦੇ ਨੇ, ਜ਼ਿਆਦਾ ਵੱਡੇ ਐਕਟਰ ਹੁੰਦੇ ਨੇ ਜਿਹੜੇ ਨੇਤਾ ਲੋਕ ਹੁੰਦੇ ਨੇ। ਆਹ ਹੁਣ ਤੁਸੀਂ ਹੋਰ ਦੇਖੋ, ਤੁਸੀਂ ਗੁਰਚਰਨ ਸਿੰਘ ਟੌੜਾ ਸਾਹਿਬ, 1999 ਮੇਰੇ ਯਾਦ ਆ, ਮੈਂ ਉਦੋਂ ਕਾਫੀ ਐਕਟਿਵ ਹੁੰਦਾ ਸੀ, ਟੌੜਾ ਸਾਹਿਬ ਨਾਲ ਵੀ ਮਿਲਣੀ ਹੁੰਦੀ ਰਹਿੰਦੀ ਸੀ। ਟੌੜਾ ਸਾਹਿਬ ਨੇ ਸਲਾਹ ਦੇ ਤੀ, ਅਸਲ ਸਲਾਹ ਤਾਂ ਉਦੋਂ ਇਹ ਬਾਅਦ ਦੀ ਗੱਲ ਹੈ, ਸਲਾਹ ਤਾਂ ਉਦੋਂ ਵੀ ਪ੍ਰੇਮ ਸਿੰਘ ਚੰਦੂਮਾ, ਬਾਕੀ ਤਾਂ 4-5 ਮੰਤਰੀ ਸੀ, ਮਨਜੀਤ ਸਿੰਘ ਕਲਕੱਤਾ, ਸੁਰਜੀਤ ਸਿੰਘ ਕੋਹਲੀ, ਇਹਨੇ ਮੈਂ ਆਪ ਕਲਕੱਤਾ ਸਾਹਿਬ ਨੇ ਗੱਲ ਦੱਸੀ ਹੈ ਮੈਨੂੰ ਜਿਹੜੀ ਮੈਂ ਦੱਸ ਰਿਹਾ। ਤੋ ਖੈਰ ਉਦੋਂ ਜਦੋਂ ਉਹਨਾਂ ਨੇ ਕਿਹਾ ਵੀ ਪਾਰਟੀ ਮੁੱਖ ਮੰਤਰੀ ਕੋਲ ਕੰਮ ਬਹੁਤ ਹੈ, ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ, ਪੈ ਗਿਆ ਰੱਫੜ। ਰੱਫੜ ਇਹੋ ਜਿਹਾ ਪਿਆ, ਪਾਰਟੀ 2 ਫਾੜ ਹੋ ਗਈ ਸੀ, ਸਰਵ ਹਿੰਦੂ ਅਕਾਲੀ ਦਲ ਬਣ ਗਿਆ ਸੀ। ਉਹੀ ਪ੍ਰਕਾਸ਼ ਸਿੰਘ ਬਾਦਲ 2008 ਚ ਕਹਿੰਦਾ ਕਿ ਮੁੱਖ ਮੰਤਰੀ ਕੋਲ ਕੰਮ ਬਹੁਤ ਹੁੰਦਾ ਹੈ, ਇਸ ਕਰਕੇ ਮੈਂ ਆਪਦੇ ਪੁੱਤ ਨੂੰ ਪ੍ਰਧਾਨ ਬਣਾ ਰਿਹਾ। ਜਿਹੜਾ ਪੁੱਤ ਨੇ ਉਦੋਂ ਦੀ ਪ੍ਰਧਾਨਗੀ ਨੂੰ ਜੱਫੀ ਪਾਈ, ਹੁਣ ਤੱਕ ਰੇੜਕਾ ਪਿਆ ਹੋਇਆ। ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨੀ ਛੱਡ ਰਹੇ, ਸ਼ਾਇਦ ਇਹ ਵੀ ਮੰਤਰ ਦੇ ਗਏ ਵੀ ਪੁੱਤਰਾ ਕਦੇ ਪ੍ਰਧਾਨਗੀ ਨਾ ਛੱਡੀ, ਦੁਬਾਰਾ ਨੀ ਲਵੇ ਆਉਣ ਦੇਣਾ। ਤੇ ਉਹਦੇ ਚ ਆਹ ਸਾਰਾ ਕੁਛ ਚੱਲ ਰਿਹਾ ਜਿਹੜਾ ਅੱਜ ਕੱਲ ਚੱਲ ਰਿਹਾ। ਔਰ ਹਾਲੇ ਵੀ ਯਾਨੀ ਪਾਰਟੀ ਦੇ ਵਿੱਚ ਹੁਣ ਕੁਛ ਵੀ ਨਹੀਂ, ਜਿਹੜਾ ਵਿਧਾਨ ਸਭਾ ਤੁਹਾਡੇ ਸਾਹਮਣੇ ਹੈ, 3 ਚੋਂ 1 ਛੱਡ ਗਿਆ, ਦੂਜਾ ਕਿਨਾਰੇ ਹੋ ਕੇ ਬੈਠ ਗਿਆ ਮਨਪ੍ਰੀਤ ਅਲੀ, ਇੱਕ ਬੀਬੀ ਹੈ ਜਿਹੜੀ ਹੈ ਮਜੀਠੀਆ ਸਾਹਿਬ ਦੀ ਵਾਈਫ, ਤੇ ਉਹ ਜਿਹੜੇ 25 ਸਾਲ ਰਾਜ ਕਰ, ਇੱਥੇ ਤਾਂ ਭਗਵੰਤ ਮਾਨ ਠੀਕ ਹੈ, ਉਹ ਕਿੱਥੇ ਹੈ ਜੀ? ਸੋ ਇਹ ਹੈ ਸਟੇਜ ਦੇ ਪਿੱਛੇ ਕੀ ਚੱਲ ਰਿਹਾ ਉਹਨੂੰ ਸਮਝਣ ਦੀ ਗੱਲ। ਦੇਖੋ ਪਿਆਰੇ ਦਰਸ਼ਕੋ, ਜਿਹੜੀ ਪੰਜਾਬ ਦੀ ਸਿਆਸਤ ਹੈ ਨਾ, ਇਹਨੂੰ ਸਮਝਣ ਲਈ ਕਾਫੀ ਲੋਕਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਜਿਹੜੇ ਪੰਜਾਬੀ ਹੋ, ਜਿਹੜਾ ਬੰਦਾ ਪੰਜਾਬੀ ਖਬਰਾਂ ਸੁਣਦਾ, ਪੰਜਾਬ ਨਾਲ ਜੁੜਿਆ ਹੋਇਆ, ਇਹਦਾ ਮਤਲਬ ਚਾਹੇ ਉਹ ਹਰਿਆਣਾ 'ਚ ਬੈਠੇ, ਚਾਹੇ ਕਲਕੱਤੇ ਬੈਠੇ ਹੋ, ਤੁਸੀਂ ਕਿਤੇ ਬੈਠੇ, ਤੁਹਾਨੂੰ ਸਮਝ ਹੈ। ਹੁਣ ਤੁਸੀਂ ਦੇਖੋ, ਮੈਨੂੰ ਇੱਕ ਬੰਦੇ ਨੇ ਇੱਕ ਇੰਟਰਵਿਊ 'ਚ ਪੁੱਛਿਆ, ਯਾਰ ਇਹ ਜਿਹੜਾ ਅੰਮ੍ਰਿਤਪਾਲ ਹੈ, ਇਹ ਖਡੂਰ ਸਾਹਿਬ ਤੋਂ ਕਿਵੇਂ ਜਿੱਤ ਗਏ? ਇਹ ਤਾਂ ਕੋਈ ਪਾਰਟੀ ਨਹੀਂ, ਸਾਰੀਆਂ ਪਾਰਟੀਆਂ ਨੂੰ ਹਰਾ ਤਾ, ਹੁਣ ਕੀ ਹੈ ਜੀ? ਜਿਹੜੀ ਪੰਜਾਬ ਦੇ ਵਿੱਚ ਹਾਲੇ ਵੀ ਲੋਕ ਪੰਥ ਦੇ ਨਾਂ ਤੇ, ਧਰਮ ਦੇ ਨਾਂ ਤੇ ਬਹੁਤ ਭਾਵੁਕ ਹੋ ਜਾਂਦੇ ਨੇ, ਆਪਾਂ ਇਹ ਸਭ ਜਾਣਦੇ ਹਾਂ। ਤੁਹਾਡੇ ਸਾਹਮਣੇ ਸਭ ਤੋਂ ਵੱਧ ਵੋਟਾਂ ਲਈਆਂ ਨੇ ਉਹਨੇ, ਤੋ ਖਾਲਸੇ ਦਾ ਵੀ ਇਹੀ ਹੈ, ਸਰਬਜੀਤ ਸਿੰਘ ਖਾਲਸਾ ਦਾ, ਜੋ ਇਹਦਾ ਮਤਲਬ ਇਹ ਗੱਲ ਨੂੰ ਨਬਜ਼ ਨੂੰ ਪਛਾਣਨ ਦੀ ਲੋੜ। ਉਹ ਨਬਜ਼ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸੇ ਨਬਜ਼ ਦਾ ਹਿੱਸਾ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਾਲ ਦੀ ਕੜੀ ਜੋਂ ਦੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ। ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਬਾਅਦ ਹੀ ਬਣਿਆ ਨਾ, ਜਦੋਂ 1920 ਚ ਇਹ ਜਦੋਂ ਮੂਵਮੈਂਟ ਚੱਲਦੀ ਹੈ ਸੁਧਾਰ ਲਹਿਰ ਦੀ, ਉਦੋਂ ਫਿਰ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਉਦੋਂ ਤਾਂ ਗੁਰਦੁਆਰਿਆਂ ਦੀ ਰੱਖਿਆ ਮੇਨ ਸੀ, ਅੱਜ ਆਹ ਸਿਆਸੀ ਤਾਂ ਹੁਣ ਹੋਇਆ ਨਾ, ਵੀ ਜਾਂ ਤਾਂ ਆਪਦੇ ਨਿੱਜੀ ਫਾਇਦੇ ਲਓ, ਆਪਦਾ ਬਣਾਓ, ਜੋ ਕੁਛ ਵੱਧ ਤੋਂ ਵੱਧ ਬਣਦਾ ਉਹ ਤਾਂ ਬਾਅਦ ਦੀਆਂ ਗੱਲਾਂ ਹੋਈਆਂ ਨਾ। ਖੈਰ ਜਿਹਨੇ ਕੀਤੀਆਂ, ਹੁਣ ਮੈਂ ਉਹ ਕਿਉਂ ਦੁਹਰਾਵਾਂ, ਤੁਹਾਨੂੰ ਸਭ ਨੂੰ ਪਤਾ। ਹੁਣ ਅੱਜ ਹੋਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਮੈਂ ਤਾਂ ਗੱਲ ਉਹ ਕਰਨੀ ਸੀ। ਉਹਦੇ 'ਚ ਜੋਰ ਅਜਵਾਈ ਹੋ ਰਹੀ ਹੈ, ਪਹਿਲੀ ਵਾਰ ਜ਼ਿਆਦਾ ਦਿਨ ਪਹਿਲੇ ਹੁੰਦੀ ਹੈ, ਤੇ ਉਹ ਇੱਕ ਤਾਂ ਟਾਈਮ ਸੀ ਜਿਹੜਾ ਲਿਫਾਫੇ 'ਚੋਂ ਨਿਕਲਦਾ ਸੀ, ਉਹ ਗੱਲ ਬਿਲਕੁਲ ਸਹੀ ਹੈ, ਸਭ ਨੇ ਦੇਖਿਆ ਆਪਾਂ ਲਿਫਾਫੇ 'ਚੋਂ
ਵੱਡੇ ਬਾਦਲ ਸਾਹਿਬ ਦੇ ਟਾਈਮ ਤਾਂ ਬਿਲਕੁਲ ਬਾ ਇੱਕੋ ਵਾਰੀ ਰੌਲਾ ਪਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਇਹਨਾਂ ਨੇ ਆਪਦੇ ਫਾਰਮ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਕੱਠੇ ਕਰ ਲਏ ਸੀ ਜੋ ਉਹ ਬਸ ਉਹੀ ਇੱਕ ਜੇ ਉਦੋਂ ਬਾਅਦ ਤਾਂ ਕਦੇ ਲੋੜ ਹੀ ਨਹੀਂ ਪਈ ਬਸ ਉਦੋਂ ਜਾ ਕੇ ਉਹਨਾਂ ਦੀ ਸਲਿੱਪ ਆ ਜਾਂਦੀ ਸੀ ਉਹ ਬੋਲ ਦਿੰਦੇ ਸੀ ਚਲੋ ਜੀ ਬਣ ਜਾਓ ਤੋ ਇਹ ਬਹੁਤ ਲੰਬਾ ਸਮਾਂ ਤਾਂ ਫਿਰ ਗੁਰਚਰਨ ਸਿੰਘ ਟੌੜੇ ਰਹੇ ਕਿਉਂਕਿ ਉਹਨਾਂ ਦਾ ਕੋਈ ਬਦਲ ਨਹੀਂ ਸੀ ਹੁੰਦਾ ਸੀ ਫਿਰ ਆ ਫਿਰ ਆ ਜਦੋਂ ਸਰਬਿੰਦ ਅਕਾਲੀ ਦਲ ਬਣਿਆ ਜਿਹਦਾ ਜ਼ਿਕਰ ਮੈਂ ਪਿਛਲੇ ਹਿੱਸੇ ਚ ਕੀਤਾ ਸੀ ਉਹੀ ਹੈ ਫਿਰ ਜਦੋਂ ਉਹਨਾਂ ਨੇ ਪ੍ਰਧਾਨਗੀ ਦੀ ਗੱਲ ਕੀਤੀ ਸੀ ਖੈਰ ਹੁਣ ਕੱਲ ਕੀ ਹੋਇਆ ਉਹ ਦੇਖ ਲਈ ਕੱਲ ਇਹ ਹੋਇਆ ਕਿ 99 ਬੰਦੇ ਕਹਿੰਦੇ ਜੀ ਸਾਡੇ ਨਾਲ ਉੱਥੇ ਹਾਜ਼ਰ ਹੋਏ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਉਦੋਂ ਮੁੜ ਕੇ ਨੀ ਇਹਨਾਂ ਨੇ ਕੰਟਰਡਿਕਟ ਕੀਤਾ ਕਿ ਅਸੀਂ ਜਿਮਨੀ ਚੋਣ ਤਾਂ ਨਹੀਂ ਲੜ ਰਹੇ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋ ਗਿਆ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਾਂ ਦੀ ਨਾਲ ਕਹਿਣਾ ਪਿਆ ਸੀ ਕਿ ਜੀ ਅਸੀਂ ਕਦੋਂ ਹੁਕਮ ਦਿੱਤਾ ਸੀ ਤਾਂ ਇਕੱਲੇ ਤਨਖਾਹੀਏ ਨੂੰ ਕਿਹਾ ਸੀ ਅਕਾਲੀ ਦਲ ਚੋਣ ਲੜੇ ਉਦੋਂ ਬਾਅਦ ਕਿਉਂ ਚੁੱਪਣੇ ਬੜਾ ਕੁਛ ਕਰਨਾ ਪੈਂਦਾ ਸਿਆਸੀ ਬੰਦੇ ਨੂੰ ਚੁੱਪਣੇ ਖੈਰ ਕੱਲ੍ਹ ਉਹ ਕਹਿੰਦੇ ਜੀ ਸਾਡੇ ਕੋਲ ਵੱਡੀ ਗਿਣਤੀ ਚ ਲੋਕ ਆਏ ਪਹਿਲਾਂ ਨਾਲੋਂ ਵੱਧ 20 ਵੱਧ ਵੋਟਾਂ ਪੈਣਗੀਆਂ ਕਹਿੰਦੇ ਸਾਡੇ ਕਈ ਬੰਦੇ ਤਾਂ ਜਾਮ ਚ ਫਸ ਗਏ 11-12 ਮੈਂਬਰ ਤਾਂ ਨਹੀਂ ਆ ਸਕੇ 99 ਹਾਜ਼ਰ ਹੋਏ ਸੀ ਇਹਦਾ ਮਤਲਬ ਸਾਡੇ ਕੋਲ 110-12 ਤਾਂ ਹੈਗੇ ਨੇ 140 ਚੋਂ ਇਹ ਉਹਨਾਂ ਦਾ ਕਹਿਣਾ ਪਰ ਸੁਧਾਰ ਲਹਿਰ ਵਾਲੇ ਕਹਿੰਦੇ ਝੂਠ ਬੋਲਦੇ ਨੇ ਔਰ ਉਹਨਾਂ ਚੋਂ ਵੀ ਜਿਹੜੇ ਤਿੰਨ ਉਹਨਾਂ ਦੇ ਮੈਂਬਰ ਨੇ ਜਿਹੜੀ ਸੁਧਾਰ ਲਹਿਰ ਪੱਖੀ ਮੈਂਬਰ ਸਾ ਜਸਵੰਤ ਸਿੰਘ ਪੜੈਨ ਇੰਦਰ ਮੋਹਨ ਸਿੰਘ ਲਖਮੀ ਵਾਲਾ ਮਲਕੀਤ ਕੌਰ ਕਮਾਲਪੁਰ ਇਹ ਅੰਤਰ ਕਮੇਟੀ ਦੇ ਮੈਂਬਰ ਨੇ ਦੂਜੇ ਗਰੁੱਪ ਵੱਲੋਂ ਇਹ ਕਹਿੰਦੇ ਇਹ ਤਾਂ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਵੀ ਝੂਠ ਬੋਲੀ ਜਾਂਦੇ ਨੇ ਕਿਉਂਕਿ ਤੇਜਾ ਸਿੰਘ ਸਮੁੰਦਰ ਹਾਲ 'ਚ ਮੀਟਿੰਗ ਸੀ ਕਹਿੰਦੇ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਅਸੀਂ ਇਹ ਤਾਂ ਸੌਦੇਬਾਜ਼ੀ ਹੋ ਰਹੀ ਹੈ ਇਹਨਾਂ ਦੀ ਤਾਂ ਇਹ ਕਹਿੰਦਾ ਜੀ ਇਹਨਾਂ ਨੇ ਜਦੋਂ ਜਿਹੜੇ ਮੀਟਿੰਗ ਸ਼ੋਅ ਕੀਤੀ ਅੱਜ ਤਾਂ ਗੈਰ ਮੈਂਬਰ ਦੋ ਤਾਂ ਕਹਿੰਦੇ ਤੁਸੀਂ ਜਾਣਦੇ ਹੋ ਦਲਜੀਤ ਸਿੰਘ ਚੀਮਾ ਮੈਂਬਰ ਥੋੜ੍ਹੀ ਹੈ ਭੁਪਿੰਦਰ ਸਾਹਿਬ ਮੈਂਬਰ ਥੋੜ੍ਹੀ ਨੇ ਇਸ ਤਰ੍ਹਾਂ ਕਹਿੰਦੇ 60-65 ਬੰਦੇ ਸੀ ਇਹ ਤੋਂ ਜ਼ਿਆਦਾ ਨਹੀਂ ਸੀ ਇਹਨਾਂ ਕੋਲ ਉਹ ਇਹ ਕਹਿੰਦੇ ਕਹਿੰਦੇ ਚਲੋ ਜੇ ਇਹ ਕਹਿੰਦੇ ਨੇ 99 ਨੇ ਸਾਡੇ ਕੋਲ ਚੱਲ ਲਿਸਟ ਦੇ ਦਿਓ ਨੌਂ ਜਾਰੀ ਕਰ ਦਿਓ ਤੁਸੀਂ ਆਪੀ ਗੱਲ ਬਹਿਤਰ ਇਹ ਵੀ ਕਹਿਣ ਦੀ ਕੀ ਲੋੜ ਅੱਜ 12 ਵਜੇ ਕਲੀਅਰ ਹੀ ਹੋ ਜਾਣਾ ਸਾਰਾ ਕੁਛ ਚਲੋ ਖੈਰ ਉਦੋਂ ਪਹਿਲਾਂ ਚੱਲਦਾ ਹੁੰਦਾ ਤੇ ਅੱਜ ਜਦੋਂ ਜਨਰਲ ਇਜਲਾਸ ਹੋਣਾ ਹੀ ਹੈ ਇਹ ਗੱਲ ਪਤਾ ਲੱਗ ਜਾਣੀ ਹੈ ਵੀ ਕੀ ਕੌਣ ਹੈ ਅੱਜ ਚੁਣੇ ਜਾਣੇ ਨੇ ਪ੍ਰਧਾਨ ਚੁਣੇ ਜਾਣੇ ਸੀਨੀਅਰ ਵੀਤ ਪ੍ਰਧਾਨ ਚੁਣੇ ਜਾਣੇ ਜੂਨੀਅਰ ਵੀਤ ਪ੍ਰਧਾਨ ਜਨਰਲ ਸਕੱਤਰ ਤੇ 11 ਮੈਂਬਰ ਹੁੰਦੇ ਨੇ ਅੰਤਰਿਕ ਕਮੇਟੀ ਦੇ ਅੰਤਰ ਕਮੇਟੀ ਦੇ ਮੈਂਬਰਾਂ ਦੀ ਵੀ ਕਾਫੀ ਪੁੱਛ ਹੁੰਦੀ ਹੈ ਤੁਸੀਂ ਆ ਜਾ ਕੇ ਹਰਚਰਨ ਸਿੰਘ ਜੋ ਚੀਫ ਸੈਕਟਰੀ ਸੀ ਦੋ ਇੰਟਰਵਿਊ ਪਈਆਂ ਨੇ ਮੇਰੀਆਂ ਜਿਹਦੇ ਉਹਨੇ ਕਿਹਾ ਵੀ ਇੰਨੀ ਕਰਪਸ਼ਨ ਕਿਸੇ ਅਦਾਰੇ ਚ ਨਹੀਂ ਜਿੰਨੀ ਆਪ ਦੱਸ ਰਿਹਾ ਸ਼੍ਰੋਮਣੀ ਕਮੇਟੀ ਦਾ ਚੀਫ ਸੈਕਟਰੀ ਕਹਿੰਦਾ ਮੈਂ ਕਿਹਾ ਤੁਸੀਂ ਇਹ ਜਿਹੜੇ ਬੰਦੇ ਟ੍ਰੇਡ ਰੱਖਿਆ ਕਰੋ ਕਹਿੰਦੇ ਜੀ ਟ੍ਰੇਡ ਨਹੀਂ ਉਹ ਤਾਂ ਆਏ ਮੱਕੜ ਸਾਹਿਬ ਕੋਲ ਆ ਕੇ ਕਹਿੰਦੇ ਸਾਡੇ ਬੰਦੇ ਭਰਤੀ ਕਰ ਲਓ ਕਹਿੰਦਾ ਠੀਕ ਹੈ ਕਰੋ ਹਰ ਇੱਕ ਮੈਂਬਰ ਇੱਕ ਇੱਕ ਬੰਦਾ ਦੇ ਦਿਓ ਬਾਕੀ ਅੰਤਰਿਮ ਕਮੇਟੀ ਤੋਂ ਦੋ ਦੋ ਦੇ ਦਿਓ ਇਹ ਫਾਇਦਾ ਹੁੰਦਾ ਅੰਤਰਿਮ ਕਮੇਟੀ ਦਾ ਦੋ ਦੋ ਮੈਂਬਰ ਭਰਤੀ ਕਰਾ ਲੈਂਦੇ ਨੇ ਜਿਹਨੂੰ ਮਰਜ਼ੀ ਕਰਾਓ ਚਾਚਾ ਭਤੀਜਾ ਜੋ ਦਿਲ ਕਰਦਾ ਉਹ ਤੋਂ ਕੰਮ ਕੀ ਲੈਣਾ ਕੋਈ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਕੰਮ ਕੀ ਲੈਣਾ ਤੋ ਕੰਮ ਦਾ ਤਾਂ ਹਾਲ ਹੈ ਜਿਹੜੇ ਭਰਤੀ ਕੀਤੇ ਹੋਏ ਬੰਦੇ ਹੁੰਦੇ ਨੇ ਉਹਨਾਂ ਚ ਇੱਕ ਨੂੰ ਮੈਂ ਪੁੱਛਿਆ ਮੈਂ ਕਿਹਾ ਨਵਾਬ ਕਪੂਰ ਸਿੰਘ ਦੇ ਜੱਸਾ ਸਿੰਘ ਆਲੂਵਾਲੇ ਦੀ ਸਮਾਧ ਕਿੱਥੇ ਕਹਿੰਦੇ ਸਾਨੂੰ ਨਹੀਂ ਪਤਾ ਇੱਥੇ ਹੈ ਜਾਂ ਨਹੀਂ ਹੈ ਇੰਨੀ ਕੁ ਤਾਂ ਨੌਲੇਜ ਹੈ ਉਦੋਂ ਬਾਅਦ ਫਿਰ ਇਹਨਾਂ ਦੇ ਇੱਥੇ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜਾ ਉਰੇ ਬਣਿਆ ਇੰਸਟੀਚਿਊਟ ਉੱਥੇ ਉਹਨਾਂ ਦੀ ਕਲਾਸ ਲਾਉਣੀ ਸ਼ੁਰੂ ਖੈਰ ਦੂਜੇ ਪਾਸੇ ਹੁਣ ਚਾਰ ਵਾਰ ਜਿਹੜਾ ਹੈ ਚੌਥੀ ਵਾਰ ਧਾਮੀ ਸਾਹਿਬ ਚਾਰ ਵਾਰ ਬੀਬੀ ਜਗੀਰ ਕੌਰ ਵੀ ਜਿਹੜੀ ਮੁਕਾਬਲਾ ਬਿਲਕੁਲ ਸਖ਼ਤ ਹੈ ਦੋਨਾਂ ਧਿਰਾਂ ਦਾ ਤੇ ਪਰ ਪਹਿਲੀ ਵਾਰ ਹੈ ਜਰਨੈਲ ਤੋਂ ਬਿਨਾਂ ਜਿਹਨੂੰ ਉਹ ਚੀਮਾ ਸਾਹਿਬ ਕਹਿੰਦੇ ਨੇ ਜਰਨੈਲ ਤੋਂ ਬਿਨਾਂ ਅਸੀਂ ਕਿਵੇਂ ਲੜਾਂਗੇ ਸ਼੍ਰੋਮਣੀ ਕਮੇਟੀ ਲੜਾਂਗੇ ਜਰਨੈਲ ਤੋਂ ਬਿਨਾਂ ਇਸੇ ਕਰਕੇ ਤਾਂ ਲੋਕ ਕਹਿੰਦੇ ਨੇ ਵੀ ਉੱਥੇ ਜਿਹੜਾ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਇਹ ਸਾਰਾ ਕੁਛ ਹੋਇਆ ਹੋਰ ਕਿਉਂ ਹੈ ਜੇ ਜਰਨੈਲ ਤੋਂ ਬਿਨਾਂ ਜਿਮਨੀ ਚੋਣ ਜਿਹੜੀ ਹੈ ਉਹ ਲੜੀ ਨਹੀਂ ਜਾ ਸਕਦੀ ਸ਼੍ਰੋਮਣੀ ਕਮੇਟੀ ਦੀ ਚੋਣ ਜਰਨੈਲ ਤੋਂ ਬਿਨਾਂ ਲੜੀ ਜਾ ਸਕਦੀ ਹੈ ਕਰ ਪਹਿਲੀ ਵਾਰ ਹੋ ਰਿਹਾ ਹੈ ਦੇਖੋ ਸਾਰੇ ਲੱਗੇ ਹੋਏ ਨੇ ਇਹ ਵੀ ਲੱਗੇ ਹੋਏ ਨੇ ਇਹ ਵੀ ਦੇਖੋ ਜੇ ਧਾਮੀ ਸਾਹਿਬ ਕਹਿੰਦੇ ਜੀ ਫੋਨ ਕਰਾਉਂਦੇ ਨੇ ਜੀ ਇਹਨਾਂ ਦੇ ਕਾਂਗਰਸੀ ਵੀ ਲੱਗੇ ਨੇ MP ਲੱਗੇ ਨੇ ਸਰਕਾਰੀ ਅਫਸਰ ਲੱਗੇ ਨੇ ਹੋਊਗੀ ਕੋਈ ਗੱਲ ਇਹ ਤਾਂ ਹੁਣ ਅੱਜ ਪਤਾ ਲੱਗ ਜੂ ਤੇ ਲੇਕਿਨ ਬੀਬੀ ਜਗੀਰ ਕੌਰ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਭਾਈ ਜ਼ਮੀਰ ਦੇ ਨਾਂ ਤੇ ਵੋਟ ਪਾ ਦਿਓ ਜੇ ਹੋਰ ਨਹੀਂ ਕੁਛ ਇਸ ਤਰ੍ਹਾਂ ਦੀ ਗੱਲ ਚੱਲੀ ਹੈ ਦੋ ਖਬਰਾਂ ਹੋਰ ਲੈ ਲਈਏ ਇਹਨਾਂ ਨਾਲ ਸੰਬੰਧਿਤ ਫਿਰ ਆਪਾਂ ਅੱਗੇ ਵਧਾਂਗੇ ਦੇਖੋ ਬਿਰਸਾ ਸਿੰਘ ਬਲਟੋਹਾ ਮੈਂ ਤਾਂ ਸੋਚਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੇ ਕਹਿਤਾ ਸੀ ਵੀ ਹੁਣ ਬਸ ਕਰੋ ਹੋਰ ਮਸਲੇ ਬੜੇ ਨੇ ਗੱਲ ਹੈ ਵੀ ਠੀਕ ਈਵਨ ਮੈਂ ਖਬਰਾਂ ਚ ਵੀ ਗੱਲ ਕਰਦਾ ਜਦੋਂ ਅਸੀਂ ਖਬਰਾਂ ਸਾਨੂੰ ਮਜਬੂਰੀ ਹੁੰਦੀ ਹੈ ਖਬਰ ਇਸ ਕਰਕੇ ਦੇਣੀ ਪੈਂਦੀ ਹੈ
ਕਿ ਜਿਹੜੇ ਜੋ ਕੁਛ ਵਾਪਰ ਰਿਹਾ ਖਬਰ ਤਾਂ ਉਹੀ ਬਣਨੀ ਹੈ ਨਾ। ਜਿਹੜੀ ਇਸੇ ਕਰਕੇ ਅਸੀਂ ਜਰਨਲਿਜ਼ਮ ਨੂੰ ਮਿਰਰ ਆਫ ਸੋਸਾਇਟੀ ਕਹਿੰਦੇ ਹਾਂ। ਤੇ ਚੰਗੀ ਮੱਦੀ ਜੋ ਬਣਾਓਗੇ ਉਹ ਦੱਸ ਦੇਣੀ ਹੈ, ਤੋ ਬਣਾਉਣੀ ਥੋੜੀ ਹੈ, ਰਿਪੋਰਟ ਕਰਨੀ ਹੁੰਦੀ ਹੈ ਖਬਰ ਤਾਂ, ਉਹਤੇ ਟਿੱਪਣੀ ਕਰਨੀ, ਬਸ ਇੰਨਾ ਕੁ ਫਰਕ ਹੈ ਸਾਡਾ। ਹੁਣ ਬਿਰਸਾ ਸਿੰਘ ਬਟੋਆ ਚੁੱਪ ਕਰ ਗਿਆ ਸੀ, ਨਹੀਂ ਕੀਤਾ ਸੀ, ਚੁੱਪ ਰਹਿ ਹੀ ਨਹੀਂ ਸਕਦਾ। ਬਹੁਤ ਵਾਰ ਇਸ ਤਰ੍ਹਾਂ ਦੇ ਹੁੰਦੇ ਨੇ, ਹੁਣ ਫਿਰ ਬੋਲ ਪਿਆ। ਉਹ ਕਹਿੰਦੇ ਜਿਹੜੇ ਜਥੇਦਾਰ ਨੇ ਨਾ ਸਿੱਧੇ, ਹੁਣ ਤਾਂ ਕਹਿੰਦਾ ਜਥੇਦਾਰਾਂ ਨੇ ਮੈਨੂੰ ਗਾਲਾਂ ਕੱਢੀਆਂ ਮੀਟਿੰਗ ਚ, ਇੰਨੀ ਤਲਖੀ ਸੀ, ਮਾਵਾਂ ਭੈਣਾਂ ਦੀਆਂ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਜਥੇਦਾਰਾਂ ਨੇ ਉੱਥੇ। ਤੇ ਖਾਸ ਤੌਰ ਤੇ ਜ਼ਿਕਰ ਹਰਪ੍ਰੀਤ ਸਿੰਘ ਦਾ ਨਾਂ ਨਹੀਂ ਲਿਆ, ਉਹੀ ਕਹਿੰਦਾ ਜਿਹੜਾ ਕਾਰਜਕਾਰੀ ਜਥੇਦਾਰ ਸੀ, ਉਹੀ ਜਿਹੜਾ ਕਹਿੰਦਾ ਦਮਦਮਾ ਸਿੱਧਾ ਨਾਂ ਹੀ ਲੈ ਲਓ ਭਾਈ, ਹੋਰ ਗੱਲ ਤਾਂ ਕਲੀਅਰ ਹੈ। ਤੇ ਕਹਿੰਦਾ ਐਂ ਕਰੋ, ਮੈਂ ਸਬੂਤ ਦਿੰਦਾ, ਤੁਸੀਂ ਵੀਡੀਓ ਰਿਕਾਰਡਿੰਗ ਹੋਈ ਹੈ ਉਹ ਜਨਤਕ ਕਰ ਦੋ, ਤੁਹਾਨੂੰ ਪਤਾ ਲੱਗ ਜੂਗਾ। ਦੇਖੋ ਮੈਨੂੰ ਐਂ ਨਹੀਂ ਲੱਗਦਾ, ਦੇਖੋ ਜਥੇਦਾਰਾਂ ਦੀ ਬੇਇੱਜ਼ਤੀ ਨਾ ਕਰੋ, ਜੇ ਚਲੋ ਮੰਨ ਲਈਏ ਇਹ ਕਹਿ ਕੇ ਵੀ ਕੋਈ ਬੰਦਾ ਮਾਵਾਂ, ਕੋਈ ਜਥੇਦਾਰ ਜਿਹੜਾ ਕਥਾਵਾਚਕ ਹੋਵੇ, ਜਿਹੜਾ ਕੀਰਤਨੀਆ ਹੋਵੇ, ਜਿਹੜੇ ਜਿਹੜਾ ਸਿੱਖ ਧਰਮ ਨੂੰ ਅੱਗੇ ਜਾਣਾ, ਕੌਮ ਦੇ ਨਾਂ ਸੰਦੇਸ਼ ਦੇਣੇ, ਸਾਰਾ ਕੁਛ ਕਰਨਾ, ਉਹ ਆਪਦੀ ਜ਼ਬਾਨ ਜਿਹੜੀ ਹੈ, ਜਿਹੜੀ ਜ਼ਬਾਨ ਚੋਂ ਬਾਣੀ ਨਿਕਲਣੀ ਹੈ, ਉਹਦੇ ਚ ਬਾਣ ਕਿਵੇਂ ਨਿਕਲਣਗੇ, ਮੈਨੂੰ ਤਾਂ ਮੈਂ ਆਈ ਫੇਲ ਟੂ ਅੰਡਰਸਟੈਂਡ। ਪਰ ਜੋ ਉਹਨੇ ਕਿਹਾ ਉਹ ਦੱਸਦਾ। ਹੁਣ ਕਹਿੰਦਾ ਜੀ ਸਬੂਤ ਨੇ, ਤੁਸੀਂ ਜਨਤਕ ਕਰ ਲਓ, ਇਹ ਲੜਾਈ ਚੱਲ ਰਹੀ ਹੈ, ਹੋਰ ਬੜੇ ਮਸਲੇ ਨੇ ਭਾਈ, ਉਹਨਾਂ ਦੀ ਗੱਲ ਕਰ ਲਓ। ਨਹੀਂ, ਹੁਣ ਆ ਜਾਓ ਦੂਜੇ ਪਾਸੇ, ਬਟੋਆ ਦੇ ਮੂੰਹੋਂ ਮੈਂ ਹਾਲ ਤੱਕ ਨਹੀਂ ਸੁਣਿਆ ਵੀ ਆ ਕਿਸਾਨ ਰੋਲ ਰਹੇ ਨੇ, ਇਹਨਾਂ ਨੂੰ ਚਾਹੀਦਾ ਖਰੀਦ ਦੀ ਮਾਮਲੇ ਚ, ਜਾਂ ਜੋ ਵੀ ਅੱਜ ਮਸਲਾ ਚੱਲਿਆ DAP ਦਾ ਚੱਲਿਆ, ਕੋਈ ਗੱਲ ਨਹੀਂ ਕੀਤੀ, ਹੁਣ ਤੱਕ ਇੱਧਰ ਚੱਲਿਆ। ਇਸੇ ਤਰ੍ਹਾਂ ਫਿਰ ਉਹਦਾ ਜਵਾਬ ਦਿੱਤਾ ਚਰਨਜੀਤ ਸਿੰਘ ਬਰਾੜ ਨੇ, ਇਕੱਲਾ ਉਹਦਾ ਨਹੀਂ ਜਵਾਬ ਦਿੱਤਾ, ਚਰਨਜੀਤ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਕੀਤੀ। ਔਰ ਬਰਾੜ ਜਿਹੜਾ ਬਹੁਤ ਨੇੜੇ ਦਾ ਬੰਦਾ ਸੀ ਸੁਖਬੀਰ ਸਿੰਘ ਬਾਦਲ ਦਾ, ਉਹ ਬੈਠ ਕੇ ਆਪਦਾ ਉਹਨੇ ਪੂਰਾ ਵਰਕ, ਜਿਹੜਾ ਹੋਮਵਰਕ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਕਰਕੇ ਖੁਲਾਸੇ ਕੀਤੇ। ਕਹਿੰਦੇ ਦੇਖੋ ਇਹ ਮੰਦਾ ਬੋਲਦੇ ਨੇ ਜਥੇਦਾਰਾਂ ਨੂੰ, ਇੱਕ ਤਾਂ ਆਈ ਗਿਆ ਜਿਹੜਾ ਉਹਨੇ ਬੋਲਿਆ ਉਹ ਤਾਂ ਸਭ ਦੇ ਸਾਹਮਣੇ ਹੈ, ਦੂਜਾ ਉਹ ਕਹਿੰਦੇ ਇਹਨਾਂ ਨੇ ਨਾ ਕੁਛ ਗਰੁੱਪ ਬਣਾਏ ਨੇ ਸੋਸ਼ਲ ਮੀਡੀਆ ਤੇ, ਉਹਨਾਂ ਦਾ ਕੰਮ ਹੈ ਉਹਨਾਂ ਉਹਦੇ ਚ ਉਹ ਗਰੁੱਪਾਂ ਰਾਹੀਂ ਕਿਰਦਾਰ ਕੁਸ਼ੀ ਕਰਦੇ ਨੇ, 50-60 ਇਹਨਾਂ ਦੇ ਫੇਕ ਅਕਾਊਂਟ ਨੇ, ਉਹਨਾਂ ਰਾਹੀਂ ਇਹ ਕਰਦੇ ਨੇ। ਕਹਿੰਦੇ ਜਿਵੇਂ ਉਹਨਾਂ ਨੇ ਫਿਰ 3-4 ਦਾ ਐਗਜਾਮਪਲ, ਜਿਵੇਂ ਅਰਸ਼ ਬਰਾੜ ਨਾਂ ਦਾ ਇੱਕ ਕਹਿੰਦੇ ਗਰੁੱਪ ਹੈ, ਫੇਕ ਹੈ ਜੀ, ਕਹਿੰਦੇ ਉਹ RSS ਤੇ BJP ਦੇ ਨਾਮ ਲੈ ਕੇ ਜਥੇਦਾਰਾਂ ਤੇ ਅਟੈਕ ਕਰਦਾ। ਰਾਜ ਕੁਮਾਰ ਨਾਂ ਦਾ ਇੱਕ, ਉਹ ਸੁਖਬੀਰ ਦੀਆਂ ਪੋਸਟਾਂ ਨੂੰ ਅੱਗੇ ਜਿਹੜਾ ਹੈ ਰੀਟਵੀਟ ਕਰਦਾ, ਅੱਗੇ ਸ਼ੇਅਰ ਕਰਦਾ। ਫਿਰ ਉਹ ਕਹਿੰਦਾ ਕਿ ਨਰਿੰਦਰ ਸਿੰਘ ਦਾ, ਉਹ ਕਹਿੰਦਾ ਜਥੇਦਾਰਾਂ ਦੇ ਸਿੱਧੇ ਖਿਲਾਫ਼ ਬੋਲੀ ਜਾਂਦਾ। ਜਿਹੜੀ ਉਹਦਾ ਦਾ ਇਹ ਕਹਿਣਾ ਸੀ, ਸੋਸ਼ਲ ਮੀਡੀਆ ਨੇ ਇੱਕ ਕੰਪੇਨ ਚਲਾਈ ਹੋਈ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ। ਦੇਖੋ ਮੈਂ ਇਹ ਗੱਲ ਤੇ ਚਰਨਜੀਤ ਸਿੰਘ ਬਰਾੜ ਤੇ ਮੈਨੂੰ ਸੱਚੀ ਗੱਲ ਹੈ, ਜੋ ਬਰਾੜ ਨੇ ਕਿਹਾ ਮੈਂ ਤੁਹਾਨੂੰ ਦੱਸਿਆ, ਪਰ ਮੈਂ ਜੋ ਮੈਨੂੰ ਪਤਾ ਉਹ ਦੱਸ ਦਿੰਦਾ। ਇਹ ਇਸ ਤਰ੍ਹਾਂ ਦੇ ਕੰਮ ਇਹਦੇ ਬਾਰੇ ਨਹੀਂ, ਅਦਰਵਾਈਜ਼ ਮੈਨੂੰ ਪਤਾ ਹੈ, ਕਿਉਂਕਿ ਇੱਕ ਦੋ ਸਟੂਡੈਂਟਸ ਮੇਰੇ ਇਸ ਟੀਮ ਚ ਸੀ ਜਦੋਂ ਇਹ ਪਾਵਰ ਚ ਸੀ, ਜਿਨ੍ਹਾਂ ਦੀ ਡਿਊਟੀ ਇਹ ਲਾਈ ਹੋਈ ਸੀ IT ਜਿਹੜਾ ਇਹਨਾਂ ਦਾ ਵਿੰਗ ਹੈ, ਕਿ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ਼ ਪ੍ਰਚਾਰ ਕਰਨਾ। ਉਦੋਂ ਤਾਂ ਆਮ ਆਦਮੀ ਪਾਰਟੀ ਨਵੀਂ ਨਵੀਂ ਆਈ ਰਹੀ ਸੀ, ਉਸ ਵੇਲੇ ਦੀ ਮੈਂ ਗੱਲ ਕਰ ਰਿਹਾ। ਮੈਂ ਤੁਸੀਂ ਕਰਦੇ ਕਿਉਂਕਿ ਸਾਨੂੰ ਟਾਰਗੇਟ ਦਿੰਦਾ ਵੀ ਅੱਜ ਇੰਨੇ ਤੁਸੀਂ ਪੋਸਟਾਂ ਉਹਨਾਂ ਦੇ ਖਿਲਾਫ਼ ਪਾਉਣੀਆਂ ਨੇ। ਕਈਆਂ ਦੀ ਡਿਊਟੀ ਇਹ ਲੱਗ ਜਾਂਦੀ ਹੁੰਦੀ ਹੈ ਵੀ ਜਿਹੜੇ ਇਹਨਾਂ ਦੇ ਖਿਲਾਫ਼ ਆਉਂਦੇ ਨੇ ਉਹਨਾਂ ਨੂੰ ਡਿਲੀਟ ਕਰਨਾ, ਇਹ ਚੱਲਦਾ ਇੱਥੇ। ਜੋ ਚਰਨਜੀਤ ਬਰਾੜ ਕਹਿ ਰਿਹਾ ਹੋ ਸਕਦਾ ਸੱਚ ਹੋਵੇ, ਲੇਕਿਨ ਉਹਨਾਂ ਨੇ ਫਿਰ ਬਲਟੋਹਾ ਤੇ ਟਿੱਪਣੀ ਵੀ ਆਹ ਦੇਖ ਲਓ ਤੁਹਾਡੇ ਸਾਹਮਣੇ ਕਮੈਂਟ ਕਰਦਾ, ਉਹਦੇ ਕਮੈਂਟਾਂ ਨੂੰ ਅੱਗੇ ਪਹੁੰਚਾਉਂਦੇ ਨੇ। ਇਹ ਕਹਿੰਦੇ ਸ਼੍ਰੋਮਣੀ ਕਮੇਟੀ ਚੁੱਪ ਬੈਠੀ ਹੈ, ਕੋਈ ਕਾਰਵਾਈ ਨਹੀਂ ਕਰਦੀ। ਸ਼੍ਰੋਮਣੀ ਕਮੇਟੀ ਕਿਵੇਂ ਕਾਰਵਾਈ ਕਰੂ, ਕਿਤੇ ਕਰਨੀ ਆ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ PTC ਚੈਨਲ ਦੇ ਗੁਰਬਾਣੀ ਵਾਲਾ ਮਸਲਾ ਮੁੜ ਕੇ ਉਠਾਇਆ, ਉਦੋਂ ਕਹਿੰਦੇ ਸੀ ਅਸੀਂ ਕਮੇਟੀ ਬਣਾਤੀ, 2 ਸਾਲ ਹੋ ਗਏ, ਕਿੱਥੇ ਆ ਕਮੇਟੀ ਦੀ ਰਿਪੋਰਟ? ਤੋ ਖੈਰ ਇਹ ਤਾਂ ਇਹੀ ਚੱਲਦਾ ਹੁੰਦਾ। ਇੱਕ ਗੱਲ ਹੀ ਸਮਝ ਆਈ ਹੈ, ਸਾਰਾ ਕੁਛ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਹਿ ਜੀ ਮੈਂ ਤੁਹਾਨੂੰ ਤਾਂ ਹੀ ਕਹਿਣਾ, ਇਹ ਤਾਂ ਇਹੋ ਜਿਹੇ ਬੰਦੇ ਨੇ, ਵੋਟ ਪਾਓ ਬੀਬੀ ਜਗੀਰ ਕੌਰ ਨੂੰ। ਬੜਾ ਬੜਾ ਲਿੰਕ ਜੋੜਿਆ ਚਰਨਜੀਤ ਬਰਾੜ ਨੇ, ਆ ਤੁਹਾਡੇ ਸਾਹਮਣੇ। ਖੈਰ ਹੁਣ ਆਪਾਂ ਅਗਲੀ ਖਬਰ ਵੱਲ ਵਧੀਏ। ਅਗਲੀ ਖਬਰ ਜਿਹੜੀ ਹੈ ਜੀ, ਉਹ ਹੈ ਕਿਸਾਨਾਂ ਨਾਲ ਸੰਬੰਧਿਤ। ਇੱਕ ਨਹੀਂ, ਦੋ ਨਹੀਂ, 3-4 ਖਬਰਾਂ ਨੇ, ਕਿਉਂਕਿ ਸਾਰੀ ਜ਼ਿੰਦਗੀ ਸਾਡੀ ਕਿਸਾਨਾਂ ਦੇ ਜਿਹਨੂੰ ਅੰਨਦਾਤਾ ਕਹਿੰਦੇ ਉਹਦੇ ਨਾਲ ਜੁੜੀ ਹੋਈ ਹੈ, ਸਾਡੇ ਆਰਥਿਕਤਾ ਪੰਜਾਬ ਦੀ ਘੱਟੋ ਘੱਟ। ਖੈਰ ਹੁਣ ਕਿਸਾਨਾਂ ਦਾ ਪਹਿਲਾਂ ਤਾਂ ਵੱਡਾ ਡਿਸੀਜਨ ਕਿ ਹਾਈਵੇ ਤੇ ਬੈਠੇ ਸੀ 5 ਥਾਵਾਂ ਤੇ,
ਬੜੂਖੇ ਬੈਠੇ ਸੀ, ਸੰਗਰੂਰ ਡੁਗਰੂ ਮੋਗੇ ਬੈਠੇ ਸੀ, ਸਟੈਲੇ ਪੁੱਲ ਤੇ ਬੈਠੇ ਸੀ, ਫਗਵਾੜੇ ਬੈਠੇ ਸੀ। ਉਹ ਕਹਿੰਦੇ ਜੀ ਇਹ ਦੋ ਜਥੇਬੰਦੀਆਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਪੱਕਾ ਧਰਨਾ ਲਾਇਆ ਸੀ, ਬਾਕੀ ਆਪਦੇ ਆਪਦੇ ਹਿਸਾਬ ਨਾਲ ਸਾਰੀਆਂ ਕਰ ਰਹੀਆਂ ਨੇ। ਇਹ ਜਿਹੜੀ ਸਰਬਤ ਸਿੰਘ ਪਧੇਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਗੈਰ ਸਿਆਸੀ ਜਥੇਬੰਦੀ ਆ ਉਹਨਾਂ ਦੀ, ਫਿਰ ਇਹਨਾਂ ਦੀ ਮੀਟਿੰਗ ਹੋ ਗਈ ਕੱਲ ਜਿਵੇਂ ਅਕਸਰ ਹੁੰਦੀ ਹੈ, ਜਿਵੇਂ ਇੱਕ ਵਾਰੀ ਸ਼ੁਰੂ ਚ ਚੰਡੀਗੜ੍ਹ ਹੋਈ ਸੀ ਤੇ ਫਿਰ ਇਹਨਾਂ ਨੇ ਧਰਨਾ ਚੰਡੀਗੜ੍ਹ ਵਾਪਸ ਲੈ ਲਿਆ ਸੀ। ਤੇ ਹੁਣ ਇਹ ਬੈਠੇ ਨੇ ਅੱਜ ਉੱਥੇ ਖਨੌਰੀ ਤੇ ਸ਼ੰਭੂ, ਉਹੋ ਜਥੇਬੰਦੀਆਂ ਨੇ। ਫਿਰ ਕਹਿੰਦੇ ਜੀ ਸਾਨੂੰ ਲਾਲ ਚੰਦ ਕਟਾਰੂ ਚੱਕ ਤੇ ਗੁਰਮੀਤ ਸਿੰਘ ਖੁੜੀਆ ਨਾਲ ਸਾਡੀ ਹੋ ਗਈ ਗੱਲ, ਉਹਨਾਂ ਨੇ ਸਾਨੂੰ ਬਹੁਤ ਭਰੋਸੇ ਦਵਾਤੇ। ਉਹ ਕਹਿੰਦੇ ਨੇ ਜਿਹੜਾ ਕੱਟ ਲੱਗਿਆ ਉਹਦੀ ਭਰਪਾਈ ਕਰਾਂਗੇ ਅਸੀਂ, DAP ਵੀ ਠੀਕ ਕਰ ਦਾਂਗੇ, ਲਿਫਟਿੰਗ ਵੀ ਨਾਲ ਦੇਣਾ, ਸਾਰਾ ਕੁਛ ਠੀਕ ਹੋ ਜਾਊਗਾ। ਫਿਰ ਕਹਿੰਦੇ ਅਸੀਂ ਲੋਕਾਂ ਨੂੰ ਕਿਉਂ ਤੰਗ ਕਰੀਏ ਜੀ, ਆ ਲਓ ਅਸੀਂ ਧਰਨੇ ਚੱਕੇ ਤੇ ਨਾਲ ਪਰ ਕਹਿੰਦੇ ਧਰਨੇ ਅਸੀਂ ਸੜਕਾਂ ਖੋਲੀਆਂ ਨੇ ਇਹਨਾਂ ਦੇ ਭਰੋਸੇ ਨਾਲ, ਧਰਨੇ ਨਹੀਂ ਚੱਕਦੇ, ਧਰਨੇ ਅਸੀਂ ਸਾਈਡ ਤੇ ਲੱਖ ਲਾਂਗੇ, ਜਿਹੜੀ ਸੜਕਾਂ ਤੇ ਜਾਮ ਵੀ ਲਾਵਾਂਗੇ। ਇਹ ਉਹਨਾਂ ਨੇ ਕਿਹਾ। ਜੇ ਇੰਨੀਆਂ ਮਸਲੇ ਹੱਲ ਹੋ ਜਾਣ ਫਿਰ ਤਾਂ ਕਮਾਲ ਹੀ ਹੋ ਜੇ। ਖੈਰ ਉਦੋਂ ਬਾਅਦ ਇੱਥੇ ਹੁਣ ਮੈਂ ਕੋਈ ਟਿੱਪਣੀ ਨਹੀਂ, ਪਰ ਇਹ ਅਕਸਰ ਹੋ ਰਿਹਾ ਦੋਨੇ ਜਥੇਬੰਦੀਆਂ ਨਾਲ। ਸਰਕਾਰ ਨਾਲ ਜਾਂਦੀਆਂ ਨੇ, ਸਰਕਾਰ ਦਾ ਭਰੋਸਾ ਹੁੰਦਾ ਤੇ ਬਾਹਰ ਆ ਜਾਂਦੀਆਂ ਨੇ, ਚਾਹੇ ਚੰਡੀਗੜ੍ਹ ਦੀ ਐਜੀਟੇਸ਼ਨ, ਚਾਹੇ ਇਹ ਐਜੀਟੇਸ਼ਨ, ਚਾਹੇ ਕੋਈ ਹੋਰ ਐਜੀਟੇਸ਼ਨ ਆ ਗਏ। ਤੇ ਇਹਦੇ ਵੇਲੇ ਹੀ ਜਦੋਂ ਆ ਸਾਰਾ ਕੁਛ ਹੋ ਰਿਹਾ ਸੀ, ਪ੍ਰਹਿਲਾਦ ਜੋਸ਼ੀ ਸਾਹਿਬ ਉਹਨਾਂ ਦਾ ਵੀ ਬਿਆਨ ਬੜਾ ਤਕੜਾ। ਉਹ ਕਹਿੰਦੇ ਦਾਣਾ ਦਾਣਾ ਚੱਕਣਾ ਸੀ ਕਿਸਾਨਾਂ ਦਾ, ਤੁਸੀਂ ਇਹ ਨਾ ਕਿਹੋ, ਸਾਡੇ ਕੋਲ ਕਿਸੇ ਕਿਸਮ ਦੀ ਸਟੋਰੇਜ ਦੀ ਕਮੀ ਨਹੀਂ, ਕੋਈ ਭੰਡਾਰਨ ਦੀ ਕਮੀ ਨਹੀਂ। 185 ਲੱਖ ਮੀਟਰ ਟਨ ਝੋਨਾ ਅਸੀਂ ਚੱਕਣੇ ਚੱਕਣਾ ਸਾਡਾ, ਇਹ ਅਸੀਂ ਕਹਿਤਾ ਉਹਨਾਂ ਨੇ। ਮੈਂ ਕਹਿੰਦੇ ਜੀ FCI ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੂੰ ਇੱਕ ਕਮੇਟੀ ਬਣਾਤੀ ਹੈ ਵੀ ਤੁਸੀਂ ਦੇਖੋ, ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਤੇ ਉਹ ਕਹਿੰਦੇ ਹੁਣ ਤੱਕ 59 ਲੱਖ 88 ਹਜ਼ਾਰ ਮੀਟਰਿਕ ਟਨ ਝੋਨਾ ਅਸੀਂ ਚੱਕ ਚੁੱਕੇ, ਸ਼ਨਿਚਰਵਾਰ ਨੂੰ 5 ਲੱਖ 34 ਹਜ਼ਾਰ 741 ਟਨ ਆਇਆ। ਕਮਾਲ ਹੋ ਗਈ, ਕੋਈ ਦਮ ਵੀ ਚੇਂਜ ਦੇਖੀ ਮੈਂ ਇਹ ਸਾਰੀ ਗੱਲਬਾਤ ਚ। ਉਹ ਕਹਿੰਦੇ ਦੇਖੋ ਸਾਡੇ ਕੋਲ 14 ਲੱਖ ਮੀਟਰਿਕ ਟਨ ਦੇ ਭੰਡਾਰ ਪਿਆ ਹੈ, ਹਰ ਰੋਜ਼ ਅਸੀਂ ਚੱਕ ਰਹੇ ਨੇ, ਗੱਡੀਆਂ ਚੱਲ ਰਹੇ ਨੇ, ਇਹੀ ਉਹਨੇ ਗੱਲ ਕਹੀ ਸੀ। ਤੇ ਪੈਸਾ ਵੀ ਦੱਸੀ, ਕਹਿੰਦੇ ਦੇਖੋ 9820 ਕਰੋੜ ਅਸੀਂ ਜਾਰੀ ਕਰ ਚੁੱਕੇ ਹਾਂ, 7640 ਕਰੋੜ ਪੰਜਾਬ ਦੀ ਏਜੰਸੀ ਜਾਰੀ, ਪ੍ਰਹਲਾਦ ਜੋਸ਼ੀ ਜੀ ਦੱਸ ਰਹੇ ਨੇ ਜੀ ਇਹ ਹੈ। ਇਸ ਕਰਕੇ ਜੋਸ਼ੀ ਸਾਹਿਬ ਦੇ ਐਲਾਨ ਤੋਂ ਬਾਅਦ ਕੁਛ ਕੁਛ ਨਾ ਕੁਛ ਤਾਂ ਰਾਹਤ ਜੀ ਨਜ਼ਰ ਆਉਂਦੀ ਹੈ ਵੀ ਭਾਰਤੀ ਜਨਤਾ ਪਾਰਟੀ ਨੇ ਵੀ ਚੇਂਜ ਕੀਤਾ ਆਪਦਾ, ਇਲੈਕਸ਼ਨ ਵੀ ਤਾਂ ਆ ਰਹੀਆਂ ਨੇ ਤੇ ਹੋ ਸਕਦਾ। ਫਿਰ ਉਹ ਕਹਿੰਦੇ ਇੱਕ ਪੋਰਟਲ ਬਣਾਤਾ ਆਨਲਾਈਨ, ਸ਼ਿਕਾਇਤ ਜੇ ਕਰਨੀ ਹੈ ਤੁਸੀਂ। ਸਭ ਤੋਂ ਵੱਡਾ ਮਸਲਾ ਉਹਦੇ ਬਾਰੇ ਵੀ ਬੋਲੇ ਨੇ, ਕਹਿੰਦੇ 67 ਕਿਲੋ ਦੀ ਥਾਂ ਤੇ ਜਿੱਥੇ 62 ਕਿਲੋ ਨਿਕਲਿਆ ਨਾ, ਆਹ 5 ਕਿਲੋ ਵਾਲਾ ਮਸਲਾ ਹੈ। IIT ਦੀ ਖੜਗਪੁਰ ਦੀ ਜਦੋਂ ਰਿਪੋਰਟ ਆ ਗਈ ਉਦੋਂ ਬਾਅਦ ਇਹਨੂੰ ਵੀ ਦੇਖ ਲਾਂਗੇ। ਯਾਨੀ ਇਹ ਜਿਹਾ ਕੁਛ ਉੱਥੇ ਹੋ ਰਿਹਾ। ਦੇਖੋ ਹੁਣ ਤੁਸੀਂ ਇਹਨਾਂ ਦੀ ਜਿਹੜੇ ਇਹ ਕਰ ਰਹੇ ਨੇ, ਇਹਨਾਂ ਦੇ ਬੰਦੇ ਫਿਰ ਮਿਲੇ ਗਵਰਨਰ ਸਾਹਿਬ ਨੂੰ, ਗਵਰਨਰ ਵੀ ਇਹਨਾਂ ਦਾ, ਵਿਜੇ ਸਾਂਪਲਾ, ਰਾਣਾ ਗੁਰਮੀਤ ਸੋਢੀ, ਅਮਨਜੋਤ ਰਾਮੂਵਾਲੀਆ, ਪਰਨੀਤ ਕੌਰ, ਹਰਜੀਤ ਸਿੰਘ ਗਰੇਵਾਲ, ਜੱਗੀ ਲਾਲ ਮਹਾਜਨ, ਬਿਕਰਮਜੀਤ ਸਿੰਘ ਚੀਮਾ, ਇਹ ਸਾਰੇ ਉੱਥੇ ਮਿਲ ਕੇ ਉਹਨਾਂ ਨੇ ਕਿਹਾ ਜੀ ਮੰਡੀਆਂ ਚ ਜਿਹੜੀ ਹੈ ਫਸਲ ਰੁੜ ਰਹੀ ਹੈ ਤੇ ਰਾਜਪਾਲ ਸਾਹਿਬ ਤੁਸੀਂ ਕਰੋ। ਹੁਣ ਇਹ ਜਿਹੜਾ ਡਰਾਮਾ ਹੁੰਦਾ ਹੈ ਇਹਦੇ ਨਾਲ ਕੀ ਫਰਕ ਪੈਂਦਾ? ਤੁਹਾਡਾ ਲੀਡਰ ਕਹਿ ਰਿਹਾ ਸੀ ਧਾਣਾ ਦਾ ਚੱਕਾਂਗੇ, ਤੁਸੀਂ ਰਾਜਪਾਲ ਕੋਲ ਚੱਲਿਓ, ਚੰਗੀ ਗੱਲ ਹੋਈ ਇਹਦੇ ਚ ਸੁਨੀਲ ਜਾਖੜ ਨਹੀਂ ਗਏ, ਨਹੀਂ ਤਾਂ ਫਿਰ ਐ ਲੱਗਣਾ ਸੀ ਜਾਖੜ ਸਾਹਿਬ ਜਾਂ ਕੈਪਟਨ ਸਾਹਿਬ ਜਿਹੜੇ ਮੰਡੀਆਂ ਚ ਤੁਰੇ ਫਿਰਦੇ ਨੇ ਅੱਜ ਕੱਲ। ਕੈਪਟਨ ਸਾਹਿਬ ਤਾਂ ਖੈਰ ਹੁਣ ਪਤਾ ਨੀ ਉਹਨਾਂ ਨੇ ਕੀ ਕਰਨਾ, ਮਤਲਬ ਦੁਬਾਰਾ ਉੱਠੇ ਨੇ, ਉਠਾਏ ਗਏ ਨੇ, ਜਾਂ ਉਹਨਾਂ ਦਾ ਦੁਖੀ ਹੈ ਇੰਨਾ ਵੀ ਸਾਨੂੰ ਬੁਲਾ ਕੇ ਸਾਡਾ ਕੀਤਾ ਕੁਛ ਨੀ, ਮਿਲਿਆ ਕੁਛ ਨੀ। ਰਵਨੀਤ ਬਿੱਟੂ ਕੱਲ ਦਾ ਮੁੰਡਾ ਤੇ ਇਹਨੂੰ ਮੰਤਰੀ ਬਣਾ ਤਾ, ਦੋਨਾਂ ਦਾ ਦੁੱਖ ਤਾਂ ਇਹੋ ਜਿਹਾ ਲੱਗਦਾ ਮੈਨੂੰ, ਕੈਪਟਨ ਸਾਹਿਬ ਦਾ ਵੀ ਉਹਦਾ ਹੀ। ਪਰ ਚਲੋ ਜੋ ਵੀ ਹੈ ਉਹ ਉਹਦੇ ਚ ਇਹ ਹੋਇਆ ਪਿਆ। ਪਰ ਦਰਸ਼ਕੋ ਦੇਖੋ ਮੈਂ ਕਾਫੀ ਅਹਿਮ ਖਬਰਾਂ ਜਿਹੜੀਆਂ ਨੇ ਉਹ ਆਉਣੀਆਂ ਨੇ ਤੀਜੇ ਹਿੱਸੇ ਚ, ਹੁਣ ਕਿਉਂਕਿ ਟਾਈਮ ਖਤਮ ਹੋ ਰਿਹਾ ਇਸ ਹਿੱਸੇ ਦਾ ਤੇ ਜਿਹੜਾ ਤੁਸੀਂ 10 ਵਜੇ ਦੇਖ ਰਹੇ ਹੋ। ਪਰ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਦਾ ਵੀ ਕਹਿਣਾ ਕੀ ਹੈ, ਜੇ ਤੁਸੀਂ ਤੀਜੇ ਹਿੱਸੇ ਚ ਨਹੀਂ ਵੀ ਜਾ ਸਕੇ ਤੁਹਾਨੂੰ ਆਈਡੀਆ ਹੋ ਜਾਊਗਾ। ਇੱਕ ਤਾਂ ਮੋਦੀ ਸਾਹਿਬ ਨੇ ਜਿਹੜੀ ਮਨ ਕੀ ਬਾਤ ਕੀਤੀ ਹੈ ਬਹੁਤ ਇੰਪੋਰਟੈਂਟ, ਡਿਜੀਟਲ ਅਰੈਸਟ ਬਾਰੇ ਗੱਲ ਕੀਤੀ ਹੈ। ਕਿਉਂ ਫਸਦੇ ਹੋ ਲੋਕ, ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਕੋਈ ਕੰਮ ਕਰ ਲਓ,
ਖਾਸ ਤੌਰ ਤੇ ਜਿਹਨੂੰ ਨਹੀਂ ਪਤਾ ਟੈਕਨੋਲੋਜੀ ਬਾਰੇ, ਤੁਸੀਂ ਫੋਨ ਉਹ ਚੱਕਿਆ ਕਰੋ ਜਿਹਦੀ ਤੁਹਾਨੂੰ ਜਿਹੜਾ ਨੰਬਰ ਹੈ ਤੁਹਾਡੇ ਕੋਲ, ਅਨਨੋਨ ਨੰਬਰ ਨਾ ਚੱਕੋ ਬਸ। ਮੈਂ ਤਾਂ ਇਦੋਂ, ਹਾਲਾਂਕਿ ਮੋਦੀ ਸਾਹਿਬ ਨੇ ਤਾਂ ਮੰਤਰ ਕੋਈ ਹੋਰ ਦਿੱਤਾ ਹੈ, ਮੈਂ ਤਾਂ ਇਹੀ ਮੰਤਰ ਦਿੰਦਾ, ਫੋਨ ਹੀ ਨਹੀਂ ਚੱਕੋ ਤੁਸੀਂ, ਜਿਹਨੂੰ ਜਾਣਦੇ ਹੋ ਉਹਦਾ ਫੋਨ ਚੱਕੋ। ਖੈਰ, ਫਿਰ ਉਹ ਜਿਹੜਾ ਪਹਿਲਾਂ ਤਾਂ ਦੇਖ ਲਓ ਡਿਜੀਟਲ ਅਰੈਸਟ ਹੁੰਦੀ ਕੀ ਹੈ, ਹੁੰਦੀ ਇਹ ਹੈ ਜਿਹੜੇ ਮੋਦੀ ਸਾਹਿਬ ਨੇ ਕਿਹਾ ਕਿ ਤੁਹਾਨੂੰ ਕੋਈ ਬੰਦਾ ਫੋਨ ਕਰਦਾ, ਉਹ 'ਚ ਵਰਦੀ ਵੁਰਦੀ ਪਾਈ ਹੁੰਦੀ ਹੈ, ਪਿੱਛੇ ਐਂ ਲੱਗਦਾ ਵੀ ਥਾਣੇ 'ਚੋਂ ਬੋਲ ਰਿਹਾ, ਉਹ ਤੁਹਾਨੂੰ ਕਹਿੰਦਾ ਜੀ ਤੁਹਾਡਾ ਕੋਈ ਨਾ ਕੋਈ ਹੁੰਦਾ ਵੀ ਤੁਹਾਡਾ ਆਹ ਫੜਿਆ ਗਿਆ ਪੈਸਾ, ਜਾਂ ਜਿਵੇਂ 8 ਕਰੋੜ ਰੁਪਇਆ ਉਸ ਵਾਲ ਵਾਲਾ, ਤੇ ਜੀ ਤੇ ਨਹੀਂ ਤਾਂ ਅਸੀਂ ਥੋੜਾ ਹੱਲ ਕਰਾ, ਇੰਨੇ ਪੈਸੇ ਸਾਨੂੰ ਦੇ ਦਿਓ, 8 ਕਰੋੜ ਫੜੇ ਗਏ ਪੈਸੇ ਬੰਦੇ ਤੋਂ, ਇਹੋ ਜਿਹਾ ਹੁੰਦਾ ਹੈ। ਕਈ ਕਹਿੰਦੇ ਨੇ ਵੀ ਉਹ ਇੱਕ ਔਰਤ ਵਿਚਾਰੀ ਮਰੀ ਗਈ ਕਿ ਤੁਹਾਡੀ ਕੁੜੀ ਜਿਹੜੀ ਹੈ ਉਹ ਦੇ ਵਪਾਰ 'ਚ ਟੀਚਰ ਨੂੰ ਕਹਿੰਦੇ ਫਸ ਗਈ, ਜਦ 2 ਲੱਖ ਰੁਪਏ ਦੋ, ਹਾਲੇ ਕੇਸ ਨਹੀਂ ਬਣਾਇਆ, ਇਹੋ ਜਿਹਾ ਕੁਛ ਚੱਲਦਾ ਨਾ। ਉਹਦੇ ਮਾਮਲੇ 'ਚ ਕਹਿੰਦੇ ਰੋਕੋ, ਸੋਚੋ ਤੇ ਐਕਸ਼ਨ ਲਓ। ਇਹ ਮੋਦੀ ਸਾਹਿਬ ਦਾ ਮੰਤਰ, ਬਹੁਤ ਕੁਛ ਕਿਹਾ ਮੋਦੀ ਸਾਹਿਬ ਨੇ, ਅਗਲੇ ਹਿੱਸੇ 'ਚ ਇਹਦਾ ਜ਼ਿਕਰ ਕਰਦੇ ਆ। ਫਿਰ ਹਰਿਆਣਾ ਦੀ ਖਬਰ ਦੱਸੀ ਸੀ ਕਿ ਉੱਥੇ ਇੱਕ IPS ਅਫਸਰ ਹੈ, ਕੋਈ ਵੀ ਜਿਹੜੀ ਪੁਲਿਸ ਦੀ ਮਹਿਲਾ ਕਾਂਸਟੇਬਲ ਜਾਂ ਕੋਈ ਹੋਰ ਅਫਸਰ ਜਾਂ ਕਰਮਚਾਰੀ ਹੈ, ਜੇ ਖਾਸ ਤੌਰ ਤੇ ਉਹ ਬਿਊਟੀਫੁਲ ਹੈ, ਸੁੰਦਰ ਆ, ਉਹਤੇ ਨਿਗਾਹ ਰੱਖਦਾ, ਨਾਲ ਉਹਦੇ SHO ਰਲੀ ਹੋਈ ਹੈ, ਤੇ ਉਹ ਉਹਨੂੰ ਲੈ ਕੇ ਜਾਂਦੀ ਹੈ ਫਸਾ ਕੇ ਉਹਦੇ ਕੋਲ। 7 ਕੁੜੀਆਂ ਨੇ ਸ਼ਿਕਾਇਤ ਕਰਤੀ ਸੀ, ਜਾਂਚ ਚੱਲ ਰਹੀ ਹੈ। ਹੁਣ ਉਹਦੇ ਵਿੱਚ ਆ ਗਈ ਬੀਬੀ ਜਿਹੜੀ ਹੈ MLA ਬਣੀ ਨਵੀਂ ਨਵੀਂ, ਬਨੇਸ਼ ਫੋਗਾਟ, ਕਹਿੰਦੀ ਇਹੀ ਕੁਛ ਚੱਲਦਾ ਹੈ। ਜਿਵੇਂ ਹਰਿਆਣਾ ਦੀ ਬੇਟੀਆਂ ਉੱਥੇ ਪਹਿਲਵਾਨਾਂ ਵਜੋਂ, ਇੱਥੇ ਕਹਿੰਦੇ ਪੁਲਿਸ ਵਾਲੀਆਂ ਬੇਟੀਆਂ ਨੂੰ ਤੰਗ ਕਰਦੇ ਨੇ, ਇਹ ਵੀ ਗੱਲ ਆਪਾਂ ਡਿਟੇਲ 'ਚ ਕਰਦੇ ਹਾਂ। 50 ਫਲਾਈਟ ਜਿਹੜੀਆਂ ਹੋਰ ਉੱਡਣ ਜਿਹੜੀਆਂ, ਉਹਨਾਂ ਨੂੰ ਬੰਬ ਨਾਲ ਲੜਾਉਣ ਦੀ ਖਬਰ ਆ ਗਈ। ਇੰਡੀਗੋ ਦੀਆਂ 18 ਨੇ, ਵਿਸਤਾਰਾਂ ਦੀਆਂ 17 ਨੇ, ਆਕਾਸ਼ਾ ਦੀਆਂ 15 ਨੇ। 14 ਦਿਨਾਂ 'ਚ 350 ਫਲਾਈਟ ਹੋ ਚੁੱਕੀਆਂ ਨੇ, ਹਰੇਕ ਫਲਾਈਟ 'ਚ 2 ਕਰੋੜ ਰੁਪਇਆ ਲੱਗ ਜਾਂਦਾ ਜੋ ਇਹੋ ਜਿਹੀ ਆਉਂਦੀ ਹੈ। ਆਹ ਚੰਦਰਚੂੜ ਸਾਹਿਬ ਤੇ ਬਹੁਤ ਰਿਸਪੈਕਟ ਸੀ, ਮੇਰੇ ਮਨ 'ਚ ਤਾਂ ਬਸ ਸੀ ਚੀਫ ਜਸਟਿਸ ਸਾਹਿਬ ਦੀ। ਆਹ ਹੁਣ ਇੱਕ ਨਵੀਆਂ ਗੱਲਾਂ ਚੱਲ ਪਈਆਂ ਕਿ ਮੋਦੀ ਸਾਹਿਬ ਨਾਲ ਨੇੜ ਤਾਂ ਕਾਫੀ ਵੱਧ ਗਈ, ਰਿਟਾਇਰਮੈਂਟ ਦੇ ਵਿੱਚ ਥੋੜਾ ਟਾਈਮ ਰਹਿੰਦਾ, ਡਿਸੀਜਨ ਇੰਨੇ ਵਧੀਆ ਕੀਤੇ ਸੀ, ਪਰ ਜਦੋਂ ਦਾ ਗਣੇਸ਼ ਪੂਜਾ ਹੋ ਗਈ ਆ ਉਦੋਂ ਦਾ ਨੇੜ ਤਾਂ ਵੱਧ ਗਈ। ਉਹ ਮੈਨੂੰ ਫਿਰ ਉਹ ਯਾਦ ਆ ਜਾਂਦਾ ਦੂਜਾ ਰੰਜਨ ਗੋਗੋਈ, ਉਹ ਵੀ ਇਹੀ ਸੀ, ਅਖੀਰਲੇ ਦਿਨਾਂ 'ਚ ਨੇੜ ਤਾਂ ਵਧੀ ਸੀ ਮੋਦੀ ਸਾਹਿਬ ਨਾਲ, ਤੇ ਰਾਜ ਸਭਾ 'ਚ ਪਹੁੰਚ ਗਿਆ ਸੀ। ਦੇਖੋ ਕੀ ਬਣਦਾ, ਸਾਡੇ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਕਿਹੋ ਜਿਹਾ ਕਾਂਡ ਹੋਰ ਲਿਖਿਆ ਜਾਂਦਾ, ਇਹ ਵੀ ਗੱਲ ਕਰਾਂਗੇ। ਜਿਹੜੇ ਪ੍ਰਵਾਸੀ ਕੈਨੇਡਾ 'ਚ ਜਾਂਦੇ ਨੇ ਨਾ, ਉਹਨਾਂ ਬਾਰੇ ਉੱਥੋਂ ਦੇ ਜਿਹੜੇ, ਜੇ 10 ਲੋਕਾਂ ਨੂੰ ਪੁੱਛੀਏ, 6 ਕੈਨੇਡੀਅਨ ਕਹਿੰਦੇ ਨੇ ਗਲਤ ਨੇ, ਉਹਦੀ ਵੀ ਗੱਲ ਕਰਾਂਗੇ। ਤੇ ਬਾਕੀ ਕੈਪਟਨ ਸਾਹਿਬ ਕਿਉਂ ਇਹੋ ਜਿਹਾ ਕੁਛ ਕਰ ਰਹੇ ਨੇ, ਇਹ ਤਾਂ ਆਪਾਂ ਦੇਖਣਾ ਹੀ ਹੈ। ਕੈਪਟਨ ਸਾਹਿਬ ਦੀ ਕੱਲ੍ਹ ਵੀ ਤੁਹਾਨੂੰ ਡਿਟੇਲ ਦੱਸੀ ਸੀ। ਹੋਰ ਬਹੁਤ ਜਿਹੜੀ ਸਤਿਕਾਰ ਕੌਰ ਦਾ ਸਤਿਕਾਰ ਇੰਨਾ ਕਿ ਉਹਨੂੰ ਭੇਜਤਾ, ਹੁਣ ਉਹਦੇ 'ਚ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ। ਫਿਰ ਆਪਾਂ DAP ਦੀ ਇੱਕ ਖਬਰ ਲੈਣੀ ਹੈ ਕਿ ਇਹ ਸੰਕਟ ਜਦੋਂ ਆਉਂਦਾ ਹੈ ਨਾ, ਉਦੋਂ ਕਿਸਾਨਾਂ ਨੂੰ ਜਿਹੜਾ ਹੈ ਡੀਲਰ ਵੀ ਕਹਿੰਦੇ ਆਹ ਸਮਾਨ ਵੀ ਸਾਤੋਂ ਖਰੀਦੋ ਤਾਂ ਦੇਵਾਂਗੇ ਅਸੀਂ, ਉਹ ਸਪਰੈਡ ਕਰਨ ਲੱਗ ਜਾਂਦੇ ਨੇ, ਬਹੁਤ ਕੁਛ ਹੈ। ਤੇ ਇਹ ਸਾਰੀਆਂ ਖਬਰਾਂ, ਲਾਰੈਂਸ ਬਿਸ਼ਨੋਈ ਬਾਰੇ ਟਕੈਤ ਸਾਹਿਬ ਵੀ ਆ ਗਏ, ਕਹਿੰਦੇ ਸਲਮਾਨ ਮਾਫ਼ੀ ਮੰਗ ਲੈ ਬਿਸ਼ਨੋਈ ਭਾਈਚਾਰੇ ਤੋਂ, ਕਿਉਂ ਘੁੱਟ ਖਾਈ ਜਾਂਦਾ, ਇਹ ਵੀ ਗੱਲ ਹੈ। ਪਟਿਆਲੇ ਇੱਕ ਫੈਕਟਰੀ ਨੂੰ ਅੱਗ ਲੱਗੀ, ਇਹਦੀ ਵੀ ਗੱਲ ਕਰਨੀ ਹੈ। ਚੀਨ ਵਾਲਿਆਂ ਨੇ ਆਬਾਦੀ ਤੇ ਇੰਨਾ ਕੁ ਕੰਟਰੋਲ ਕਰ ਲਿਆ ਜੀ ਕਿ ਉਹਨਾਂ ਦੇ ਜਿਹੜੇ ਸਕੂਲ ਨੇ, ਹਜ਼ਾਰਾਂ ਸਕੂਲ ਜਿਹੜੇ ਛੋਟੇ ਕਿੰਡਰ ਗਾਰਡਨ ਹੁੰਦੇ ਨੇ, ਉਹ ਬੰਦ ਹੋ ਗਏ। ਮਤਲਬ ਇਸ ਤਰ੍ਹਾਂ ਆ, ਜਿਹੜੇ ਸਾਡੇ ਬੰਦੇ ਜਾ ਰਹੇ ਸੀ ਇੰਗਲਿਸ਼ ਚੈਨਲ ਪਾਰ ਕਰ ਰਹੇ ਸੀ, ਆ ਜਿਹੜੇ ਜਾਂਦੇ ਨੇ ਡੰਕੀ ਲਾ ਕੇ, ਉਹ ਕਿਸ਼ਤੀ ਉਲਟ ਗਈ, ਮੌਤ ਹੋ ਗਈ ਉਹਦੀ। ਪਿਆਰੇ ਦਰਸ਼ਕੋ, ਮੋਦੀ ਸਾਹਿਬ ਮਹੀਨੇ 'ਚ ਇੱਕ ਵਾਰ ਮਨ ਕੀ ਬਾਤ ਕਰਦੇ ਨੇ, ਪ੍ਰੋਗਰਾਮ ਦਾ ਨਾਂ ਹੈ, ਰੇਡੀਓ ਪ੍ਰੋਗਰਾਮ ਦਾ ਨਾਂ ਹੈ। ਭਾਵੇਂ ਉਹ ਰੇਡੀਓ ਹੈ, ਪਰ ਉਹ ਸਾਰੇ ਮੀਡੀਆ ਉਸਨੂੰ ਚੱਕਦਾ, ਕਿਉਂਕਿ ਪ੍ਰਾਈਮ ਮਿਨਿਸਟਰ ਦੀ ਕਹੀ ਹੋਈ ਗੱਲ ਦਾ ਅਸਰ ਹੁੰਦਾ। ਤਾਂ ਇਸ ਵਾਰ ਜਿਹੜੀ ਉਹਨਾਂ ਨੇ ਇਸ਼ੂ ਆਏ ਵਾਰ ਇੱਕ ਦੋ ਜਿਹੜੇ ਹੈ ਅਹਿਮ ਵਿਸ਼ੇ ਲੈਂਦੇ ਨੇ ਉਹ, ਤੇ ਉਹ 'ਤੇ ਫਿਰ ਗੱਲ ਕਰਦੇ ਨੇ। ਇਸ ਵਾਰ ਦਾ ਇਸ਼ੂ ਉਹਨਾਂ ਦਾ ਕਾਫੀ ਇੰਪੋਰਟੈਂਟ ਹੈ, ਉਹ ਡਿਜੀਟਲ ਅਰੈਸਟ ਦੀ ਗੱਲ ਕਰਦੇ ਨੇ, ਕਿਉਂਕਿ ਡਿਜੀਟਲ ਅਰੈਸਟ ਜਿਹੜਾ ਹੈ ਨਾ, ਉਹ ਬਹੁਤ ਅਹਿਮ ਹੋ ਗਿਆ ਇਹਨਾਂ ਦਿਨਾਂ 'ਚ ਜਿੰਨੇ ਕੇਸ ਆ ਰਹੇ ਨੇ। ਠੀਕ ਸਮੇਂ ਗੱਲ ਕੀਤੀ ਹੈ, 115ਵੀਂ ਇਹਨਾਂ ਦੀ ਜਿਹੜੀ ਮਨ ਕੀ ਬਾਤ ਸੀ
ਉਹਦਾ ਜਿਹੜਾ ਵਿਸ਼ਾ ਮੈਂ ਸਮਝਦਾ ਕਾਫੀ ਠੀਕ ਰੱਖਿਆ ਹੈ ਮੋਦੀ ਸਾਹਿਬ ਨੇ। ਉਹ ਇਹ ਕਹਿੰਦੇ ਨੇ ਕਿ ਤੁਹਾਨੂੰ ਜਾਗਰੂਕ ਹੋਣਾ ਚਾਹੀਦਾ ਹੈ, ਡਿਜੀਟਲ ਅਰੈਸਟ ਹੁੰਦੀ ਕੀ ਹੈ ਇਹ ਵੀ ਇਹਦੇ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਜਿਵੇਂ ਤੁਹਾਨੂੰ ਪਿਛਲੇ ਹਿੱਸੇ ਦੱਸਿਆ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਤੁਹਾਡਾ ਕੋਈ ਨਾ ਕੋਈ ਜਾਣਕਾਰੀ ਤਾਂ ਉੱਥੇ ਇਕੱਠੀ ਕਰਦੇ ਨੇ, ਫਿਰ ਤੁਹਾਨੂੰ ਫਸਾ ਲੈਂਦੇ ਨੇ ਕਿ ਜੀ ਦੇਖੋ ਤੁਸੀਂ ਫੋਨ ਤੋਂ ਇੱਧਰ ਉੱਧਰ ਨਹੀਂ ਹੋਵੋਗੇ, ਦੱਸੋ ਤੁਸੀਂ ਅਕਾਊਂਟ ਦਿਓ, ਪੈਸੇ ਦਿਓ, ਬੜਾ ਕੁਛ ਕਰਦੇ ਨੇ। ਬੜੇ ਠੱਗੀਆਂ ਦੇ ਬੜੇ ਤਰੀਕੇ ਨੇ ਤੇ ਲੋਕ ਫਸ ਵੀ ਜਾਂਦੇ ਨੇ, ਡਰ ਵੀ ਜਾਂਦੇ ਨੇ। ਉਹ ਔਰਤ ਡਰੀ ਗਈ ਸੀ, ਆਰਤੀ ਸੀ ਉਹ ਜੈ ਆਗਰੇ ਦੀ, ਉਹਦੀ ਮੌਤ ਹੋ ਗਈ। ਤੁਹਾਨੂੰ ਦੱਸਿਆ ਇੰਨਾ ਡਰੀ, ਉਹ ਗਲਤ ਇੰਨੀ ਕੁ ਸੀ ਉਹਦੇ ਮੁੰਡੇ ਨੇ ਕਿਹਾ ਵੀ ਕੋਈ ਗੱਲ ਨੀ, ਉਹਨੂੰ ਇੱਕ ਫੋਨ ਆ ਗਿਆ, ਸਕੂਲ ਚ ਪੜ੍ਹਾ ਰਹੀ ਸੀ, ਕਹਿੰਦੀ ਤੁਹਾਡੀ ਕੁੜੀ ਫੜੀ ਗਈ ਦੇਹ ਵਪਾਰ ਚ, ਤੇ ਹਾਲੇ ਕੇਸ ਨੀ ਬਣਾਇਆ, ਦੱਸੋ ਕਿ ਪੈਸੇ ਦਿੰਦੇ ਹੋ, 15 ਮਿੰਟ ਦਿੱਤੇ। ਉਹ ਇੰਨੀ ਡਰੀ, ਉਹ ਤਾਂ ਸ਼ੌਕ ਨਾਲ ਹੀ ਮਰ ਗਈ, ਹਾਲਾਂਕਿ ਕੁੜੀ ਉਸ ਵੇਲੇ ਕਾਲਜ ਚ ਸੀ। ਇਹੋ ਜਿਹੀਆਂ ਗੱਲਾਂ ਵੀ ਕਰਦੇ ਨੇ। ਖੈਰ ਇਹਨਾਂ ਨੇ ਫਿਰ ਕਿਹਾ ਵੀ ਜਦੋਂ ਕੋਈ ਫੋਨ ਇਹੋ ਜਿਹਾ ਆਉਂਦਾ ਹੈ, ਕੋਈ ਡਿਜੀਟਲ ਅਰੈਸਟ ਲਾਉਣ ਦੀ ਕੋਈ ਗੱਲ ਨਹੀਂ ਹੈ, ਤੁਸੀਂ ਰੁਕੋ, ਸੋਚੋ ਤੇ ਐਕਸ਼ਨ ਲਓ। ਉਹ ਕਹਿੰਦੇ ਸਾਡੀ ਕੋਈ ਏਜੰਸੀ ਨਾ, ਪੁਲਿਸ ਨਾ, CID ਨਾ ਕੋਈ ਹੋਰ ਏਜੰਸੀ ਫੋਨ ਨਹੀਂ ਕਰਦੀ, ਨਾ ਹੀ ਫੋਨ ਤੇ ਡਰਾਉਂਦੀ ਧਮਕਾਉਂਦੀ ਹੈ, ਇਹ ਉਹਨਾਂ ਨੇ ਕਿਹਾ। ਤੁਸੀਂ ਸਮਝੋ, ਤੁਸੀਂ ਨਾ ਕੋਈ ਜਾਣਕਾਰੀ ਦਿਓ। ਹਾਂ, ਮੋਦੀ ਸਾਹਿਬ ਨੇ ਤਰੀਕੇ ਦੱਸੇ ਨੇ, ਜੇ ਕੋਈ ਕਰ ਹੀ ਲਿਆ, ਤੁਸੀਂ ਫੋਨ ਸੁਣ ਹੀ ਲਿਆ, ਸਕਰੀਨ ਸ਼ਾਟ ਲੈ ਲਓ, ਉਹਦੀ ਰਿਕਾਰਡਿੰਗ ਕਰ ਲਓ, ਤੇ ਫਿਰ ਇੱਕ ਹੈਲਪ ਨੰਬਰ ਵੀ ਦਿੱਤਾ ਹੈ, ਜਿਹੜਾ ਨੈਸ਼ਨਲ ਸਾਈਬਰ ਹੈਲਪਲਾਈਨ ਹੈ 1930, ਉੱਥੇ ਫੋਨ ਕਰ ਦਿਓ। ਫਿਰ cybercrime.com ਉੱਤੇ ਉੱਥੇ ਤੁਸੀਂ ਮੇਲ ਕਰ ਦਿਓ। ਜਿਹੜੀ ਇਸ ਤਰ੍ਹਾਂ ਦਾ ਕੋਈ ਹੋਈ ਨਹੀਂ ਜਿਹੜਾ ਤੁਸੀਂ ਫਸ ਜਾਂਦੇ ਹੋ, ਇਸ ਤਰ੍ਹਾਂ ਦੀ ਗੱਲ ਨਹੀਂ, ਕੋਈ ਬੰਦਾ ਕੁਛ ਨਹੀਂ। ਜਿਹੜੀ ਸਾਡੇ ਕੋਲ ਕਹਿੰਦੇ ਇੰਨੇ ਕੇਸ ਆ ਰਹੇ ਨੇ ਦੇਸ਼ ਦੇ ਵਿੱਚ, ਇਹ ਤੋਂ ਬਚਣ ਦੀ ਲੋੜ ਹੈ, ਉਹਨਾਂ ਨੇ ਕਿਹਾ। ਤੇ ਫਿਰ ਉਹਨਾਂ ਨੂੰ ਹੋਰ ਵੀ ਮਸਲੇ, ਚਲੋ ਮਨ ਕੀ ਬਾਤ ਤਾਂ ਇਹ ਤਾਂ ਇੱਕ ਮਸਲਾ ਹੈ ਨਾ, ਉਦੋਂ ਬਾਅਦ ਉਹਨਾਂ ਨੇ ਜਿਹੜੀ ਗੱਲ ਕੀਤੀ ਫਿਟ ਰਹੋ, ਫਿਟ ਇੰਡੀਆ ਸਕੂਲ ਆਵਰ, ਇਹਦੀ ਪਹਿਲਕਦਮੀ ਦੀ ਗੱਲ ਕੀਤੀ ਹੈ, ਲੋਕ ਸੱਭਿਆਚਾਰ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਸੱਭਿਆਚਾਰ ਦੇ ਆਦਾਨ ਪ੍ਰਦਾਨ ਦੀ। ਕੁਵੈਤ 'ਚ ਇੱਕ ਅਬਦੁੱਲਾ ਜਿਹੜਾ ਹੈ ਉਹਨਾਂ ਨੇ ਅਨੁਵਾਦ ਕੀਤਾ ਅਰਬੀ ਦੇ ਵਿੱਚ, ਜਿਹੜੀ ਰਮਾਇਣ ਦਾ ਉਹਦਾ ਜ਼ਿਕਰ ਕੀਤਾ। ਲੇਕਿਨ ਮੇਨ ਜਿਹੜਾ ਹੈ ਉਹ ਡਿਜੀਟਲ ਐਡਰੈਸ ਦੇ ਲਈ ਮੋਦੀ ਸਾਹਿਬ ਨੇ, ਦੇਖੋ ਮੈਂ ਤੁਹਾਨੂੰ ਇਸੇ ਹਵਾਲੇ ਨਾਲ ਇੰਨੀ ਕੁ ਗੱਲ ਦੱਸ ਸਕਦਾ ਕਿ ਤੁਸੀਂ ਬਿਲਕੁਲ ਇੱਕ ਤਾਂ ਸਤਰਕ ਰਹੋ, ਕੋਈ ਐਡੀ ਕੋਈ ਆਨਲਾਈਨ ਠੱਗੀ ਤੋਂ ਬਚਣ ਦੀ ਲੋੜ ਹੈ ਇਹ, ਕਿਉਂਕਿ ਜਿਹੜੇ ਨਵੇਂ ਆਏ ਨੇ ਨਾ, ਉਹਨਾਂ ਨੂੰ ਨਹੀਂ ਪਤਾ, ਨਵੇਂ ਆਏ ਨੇ ਜਾਂ ਪੁਰਾਣੇ ਲੋਕ ਨੇ ਜਿਹੜੇ ਇਸ ਫੀਲਡ 'ਚ, ਉਹਨਾਂ ਨੂੰ ਟੈਕਨੋਲੋਜੀ ਬਾਰੇ ਹਾਲੇ ਉਹਨਾਂ ਨੇ ਪਤਾ। ਇੱਕ ਤਾਂ ਤੁਸੀਂ ਜੇ ਕੋਈ ਠੱਗ ਤੁਹਾਨੂੰ ਪੁੱਛਦਾ ਹੈ ਜੀ ਆਮ ਤੌਰ ਤੇ, ਹਾਂ ਜੀ ਮਾਮਾ ਜੀ, ਚਾਚਾ ਜੀ, ਕੀ ਹਾਲ ਹੈ, ਤੁਸੀਂ ਪਛਾਣਿਆ ਨਹੀਂ, ਮੈਂ ਫਲਾਣਾ ਬੋਲਦਾ, ਪਹਿਲਾਂ ਤਾਂ ਫੋਨ ਹੀ ਨਾ ਚੱਕੋ, ਜੇ ਚੱਕ ਲਿਆ ਉਹਨੂੰ ਕਿਹਾ ਮੇਰਾ ਕੋਈ ਭਤੀਜਾ ਭਤੁਜਾ ਨਹੀਂ, ਛੱਡ ਦਿਓ। ਫਿਰ ਘਬਰਾਉਣ ਦੀ ਵੀ ਗੱਲ ਨਹੀਂ, ਜੇ ਕਿਸੇ ਨੇ ਕਹਿਤਾ ਜੀ ਤੁਹਾਡਾ ਫਲਾਣਾ ਬੰਦੇ ਦੀ ਇੰਨਾ ਪੈਸਾ ਚਾਹੀਦਾ ਫੜਿਆ ਹੋਇਆ, ਤੇ ਉਹ ਵੀ ਨਹੀਂ ਕਰ, ਕੋਈ ਜਲਦਬਾਜ਼ੀ ਨਾ ਕਰੋ। ਜਿਵੇਂ ਮੋਦੀ ਸਾਹਿਬ ਨੇ ਕਿਹਾ, ਰਿਕਾਰਡਿੰਗ ਕਰ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ, ਰਹੋ ਨਹੀਂ ਛੱਡ ਦਿਓ। ਜਿਹੜੀ ਇਹ ਸਾਰੀਆਂ ਗੱਲਾਂ ਦੇ ਵਿੱਚ ਇਹ ਹੋਜੂਗਾ, ਅਦਰਵਾਈਜ਼ ਜਿਹੜਾ ਇਹ ਹੈ ਨਾ, ਇਹ ਜਿਹੜਾ ਸਾਈਬਰ ਕਿਸਮ ਦਾ ਨਵਾਂ ਕ੍ਰਾਈਮ ਆ ਗਿਆ ਨਾ, ਇਹਨੂੰ ਸਾਈਬਰ ਕ੍ਰਾਈਮ ਕਹਿੰਦੇ ਨੇ, ਇਹ ਕ੍ਰਾਈਮ ਹੈ ਡਿਜੀਟਲ ਐਡਰੈਸ। ਠੱਗ ਜਿਹੜਾ ਨਾ ਇਸ ਤਰ੍ਹਾਂ ਫੋਨ ਕਰਦਾ, ਤੁਹਾਨੂੰ ਸਮਝ ਹੀ ਨਹੀਂ ਆਉਂਦੀ, ਸੱਚ ਆ ਜਾਂਦਾ ਤੁਹਾਨੂੰ ਵੀ ਐਂ ਹੋਊਗਾ, ਇਹ ਗੱਲ ਸੀ। ਹੁਣ ਆਪਾਂ ਅੱਗੇ ਵਧੀਏ। ਮੈਂ ਕੱਲ ਬੜੇ ਸਤਿਕਾਰ ਕੌਰ ਦੀ ਗੱਲ ਸੁਣਾਈ ਸੀ, ਸਤਿਕਾਰ ਸਾਹਿਤ ਸੁਣਾਈ ਸੀ, ਕਿ ਸਤਿਕਾਰ ਕੌਰ ਗਹਿਰੀ ਨੇ ਬੜੇ ਗਹਿਰੇ ਰਾਜ ਜਿਹੜੇ ਨੇ ਉਹ ਖੋਲੇ ਨੇ, ਦੱਸਿਆ ਸੀ ਨਾ। ਉਹ ਇਹ ਕੋਈ ਨਵਾਂ ਥੋੜੀ ਜਾਂਦਾ, ਉਹ ਭਾਰਤੀ ਜਨਤਾ ਪਾਰਟੀ ਪੈਸੇ, ਉਹ ਵੀ ਕਾਂਗਰਸ 'ਚ ਰਹੀ ਹੈ ਪਹਿਲਾਂ, ਆਹ ਇੱਕ ਨਵੀਂ ਆ ਗਿਆ, ਉਹ ਵੀ ਕਾਂਗਰਸੀ ਹੈ, ਤੇ ਉਹ ਜਿਹੜਾ ਬਾਬਾ ਬਕਾਲਾ 'ਚ ਹੈ ਉਹ ਕੀ ਕਰਦਾ ਹੈ ਵੀ, ਬਾਬਾ ਕੁਛ ਹੈ ਥੋੜਾ ਬਹੁਤਾ ਨਹੀਂ, 500 ਕਰੋੜ ਦਾ ਮਸਲਾ ਹੈ ਇਹ ਨਸ਼ੇ ਦਾ ਵੀ। ਉਹ ਤਾਂ 100 ਗ੍ਰਾਮ ਵੇਚਦੀ ਸੀ, ਇਹ 100 ਗ੍ਰਾਮ ਨਹੀਂ, ਇੱਥੇ 105 ਕਿਲੋ ਹੈਰਨ ਫੜੀ ਗਈ ਹੈ। ਬੰਦਾ ਦਾ ਅਹੁਦਾ ਛੋਟਾ ਤਾਂ MLA ਰਹੀ, ਇਹਦਾ ਐਵੇਂ ਇੱਕ ਬਾਬਾ ਬਕਾਲਾ ਯੂਥ ਕਾਂਗਰਸ ਦਾ ਪ੍ਰਧਾਨ ਹੈ ਨਵਜੋਤ ਸਿੰਘ ਲਾਹੌਰੀਆ, ਜਿਹੜਾ ਕੱਲ ਫੜਿਆ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ।
काफी कुछ पड़े गए ना बंदे को, जेडे साथी 105 किलो हैरन, 31 किलो कॉफी, 17 किलो कोई डीएमआर होंगी है, मैंने वो बारे कोई ज्यादा नॉलेज नहीं, 5 पिस्तौल वो भी जेडे फॉरन दे विदेशी, 2 देसी कट्ठे फड़े गए ने, यानी अजा कुछ है बंदा, वो फोटोग्राफर है कलाकार है जेड़ा कोई इन्ना कुछ करी जा रहा है, कांग्रेस भी अफदा है, फिर कह रहे आप नशे नहीं खत्म होंगे, भाई नशे कितों खत्म हो गए, तो थोड़े सामने तो है नशिया का जोड़ा हाल है थोड़े सामने, आप नशे को किमें खत्म कर लिए जो यह हाल होना है, तो थोड़े जोड़ा कुछ हो रहा है वो आप देख ही रहे हैं, होल तो आप ही देख ही रहे हैं, 50 फ्लाइट्स नवीं कल उन्होंने धमकी आ गई, इंडिगो दी 18, विस्तारा दी 17, आकाशा दी 15, जे टोटल देखिए 14 दिन च 350 फ्लाइट्स उन्होंने धमकी है, जी अज 28 है, कल 27 सी, 27 नूं 50, 26 नूं 33, 25 अक्टूबर नूं 27, 24 अक्टूबर नूं 85, देख लो तुसीं 22 अक्टूबर नूं 50, 21 नूं भी 50 तो ज्यादा धमकियां, 20 नूं भी, 19 नूं, मतलब कंट्रोल ही नहीं हो रहा काम, और क्योंकि प्रोटोकॉल कहते फिर थोड़ा एमरजेंसी लैंडिंग करनी पैंती है, वो फिर थोड़ा नुकसान होता है, देश का नुकसान हो ही रहा है, आप देख ही रहे हैं जिस जिस तरीके का नुकसान हो रहा है, सो ये सारा मसला इस एक पासे तो आप कहने डिजिटल अरेस्ट की गल है, आ भी तो यह मसला है, ये जो घट है वो होर बड़े मसले ने, एक मसला मैं कल तुम दसिया, वो मसला जोड़ा है वह भी अपने आप के अहम इस करके है कि जो पुलिस लेडीज ने महिला पुलिस कर्मचारी ने उन्हों का शोषण दबर अक्सर आदि थोनों थोड़ा याद करा दा, 2 लाइन च हरियाणा के 7 पुलिस कर्मचारी लेडी पुलिस वाल ने चिट्ठी लिखी नायब सिंह सैनी मुख्यमंत्री कि कितने IPS अफसर है SP रैंक का, वो सानू एक्सप्लेन करता है, वो एक SHO है लेडी वो रली हुई है, वो लैके जाती है, वो उन्होंने अपनी सारी कहानी सुनाई सी भी किवें लैके जाती है, तो किवें कहती है भी उन्होंने कोऑपरेट करो, कोई भी सोहनी जी कुड़ी पुलिस वाली है उन्होंने वो लै जाते हैं, कदम प्रमोशन का लालच कदम डरा के एक्सप्लेन करता है, जांच की गल होगी तो हूँ जांच तो हले क्या जी महिला जो है ना उतों का जी चेयरपर्सन है रेनू भाटिया, उन्हें तो कह 24 घंटे च दो सू रिपोर्ट, लेकिन हाले तक रिपोर्ट तो नहीं आई, लेकिन जांच की हो गई, मैं जी अज की गल कर रहा है वो ये है कि ये हम MLA साहबा आ गई जी उतों की नवी जती है बनेश फोगाट, क्योंकि फोगाट इसे केस च इसे तरह ब्रिज भूषण के खिलाफ उन्होंने एजिटेशन चलाई सी, तो वह आना अहमियत रखता है, वो मैं देख रहा मेरे सामने पे वह जरा सोशल मीडिया से एक्स अकाउंट से पोस्ट पाई हुई है, जैसे पहलवान बेटियों के रक्षक ही उनके बख्शिश हो गए थे, वही इस बार हरियाणा की बेटियों के साथ हरियाणा पुलिस में हो रहा है, मुझे कम उम्मीद है कि हरियाणा या केंद्र सरकार इन हरियाणा पुलिस की महिलाओं के साथ न्याय करेगी, ये उन्होंने अटैक किया है, इनकी आवाज को या तो दबा चुके होंगे अब तक या दबाया जा रहा होगा, ये फिर वो कहते सारा पुलिस राजनीतिक दलाल तंत्र आपके परिवार को और आपको तोड़ देता है और मजबूर करता है अन्याय के साथ समझौता करने को, ये लिखे है जी उन्हें, यानी हालात इस लेवल तक आ गए ने, देखो कि हरियाणा सरकार ये गल सुनती है कि नहीं सुनती, हूँ आप गल एक अहम खबर हो रहा है, देखो
ਜੋ ਮਰਜ਼ੀ ਹੋਵੇ ਦੇਸ਼ ਦੇ ਵਿੱਚ ਹਲੇ ਥੋੜਾ ਬਹੁਤਾ ਜੇ ਇਨਸਾਫ ਦੀ ਆਸ ਹੈ ਉਹ ਹੈ ਸਾਡੇ ਜੁਡੀਸ਼ਰੀ ਤੋਂ, ਸੁਪਰੀਮ ਕੋਰਟ ਤੋਂ, ਹਾਈ ਕੋਰਟ ਤੋਂ। ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਜਦੋਂ ਇਹਨਾਂ ਨੇ ਚੁਣਾਵੀ ਚੰਦੇ ਦੇ ਮਾਮਲੇ ਦੇ ਵਿੱਚ ਸਟੈਂਡ ਲਿਆ ਸੀ, ਜਦੋਂ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਸੀ ਕਿ 3 ਮਹੀਨੇ ਨਹੀਂ 2 ਦਿਨ 'ਚ ਤੁਸੀਂ ਕਰੋ, ਤੇ ਉਦੋਂ ਲੋਕ ਆਸ਼ਾਸ਼ ਘੱਟ ਉੱਠੇ ਸੀ ਕਿ ਇਹ ਬੰਦਾ ਹੈ ਜਿਹੜਾ, ਇਹਦਾ ਵਰਗਾ ਕੋਈ ਨਹੀਂ। ਉਹਦੀ ਬੜੀ ਪ੍ਰਸ਼ੰਸਾ ਹੋਈ ਸੀ ਕਿ ਇਹ ਸਟੈਂਡ ਲੈਣ ਵਾਲੇ ਨੇ ਵੱਡੇ ਫੈਸਲੇ ਸਹੀ ਕਰ ਰਹੇ ਨੇ। ਲੇਕਿਨ ਕਮਾਲ ਇਹ ਹੋਈ, ਇਹਨਾਂ ਦੀ ਰਿਟਾਇਰਮੈਂਟ ਸ਼ਾਇਦ 11 ਨਵੰਬਰ ਦੀ ਹੈ, ਤੇ ਦਿਨ ਕੁਛ ਥੋੜੇ ਜਿਹੇ ਰਹਿ ਗਏ। ਜਦੋਂ ਹੁਣ ਗਣੇਸ਼ ਪੂਜਾ ਤੇ ਮੋਦੀ ਸਾਹਿਬ ਆ ਗਏ, ਹਾਲੇ ਤੱਕ ਇਹ ਨਹੀਂ ਕਲੀਅਰ ਇਹਨਾਂ ਨੇ ਬੁਲਾਏ ਨੇ ਜਾਂ ਆਏ ਨੇ। ਮੋਦੀ ਸਾਹਿਬ ਪਹੁੰਚ ਕੇ ਉੱਥੇ ਮੋਦੀ ਸਾਹਿਬ ਨਾਲੇ ਖੜੇ ਇਹਨਾਂ ਦੀਆਂ ਫੋਟੋਆਂ ਆ ਗਈਆਂ, ਚਰਚਾ ਹੋਣੀ ਸੀ ਹੋਈ ਵੀ ਇਹ ਬੰਦੇ ਦੇ ਹਾਲੇ ਇੰਨੇ ਫੈਸਲੇ ਕਰਨ ਵਾਲੇ ਪਏ ਨੇ, ਮੋਦੀ ਸਾਹਿਬ ਉੱਥੇ ਪਹੁੰਚੇ ਨੇ, ਮਤਲਬ ਇੱਕ ਕਿਸੇ ਦਾ ਕਾਣਾ ਕਰਤਾ। ਹੁਣ ਇੱਕ ਸੀਐਮ ਪੀਐਮ ਆਵੇ ਕਿਸੇ ਦੇ ਘਰ ਤੇ ਫਿਰ ਗਲਤ, ਉਹ ਵੀ ਰਿਲੀਜੀਅਸ ਮਸਲਾ ਹੋਵੇ। ਤੋ ਖੈਰ ਚੰਦਰਚੂੜ ਸਾਹਿਬ ਉਦੋਂ ਲੋਕ ਗੱਲਬਾਤ ਕਰਕੇ ਚੁੱਪ ਕਰ ਗਏ ਸੀ। ਹੁਣ ਕੀ ਹੋਇਆ, ਰਿਟਾਇਰਮੈਂਟ ਨੇੜੇ ਹੈ, ਇਹਨਾਂ ਨੇ ਆਪ ਹੀ ਇੱਕ ਨਵੀਂ ਬਿਆਨ ਦਿੱਤਾ। ਇਹ ਮਿਲੇ ਸੀ ਮੋਦੀ ਸਾਹਿਬ ਨੂੰ, ਕਹਿੰਦੇ ਦੇਸ਼ ਦੇ ਮੁਖੀ ਨੂੰ ਮਿਲਣ ਦਾ ਮਤਲਬ ਨਹੀਂ ਕੋਈ ਡੀਲ ਕਰਨਾ ਹੁੰਦਾ, ਮੈਂ ਤਾਂ ਮਿਲਿਆ। ਬਿਲਕੁਲ ਗੱਲ ਸਹੀ ਹੈ ਇਹਨਾਂ ਦੀ, ਕੋਈ ਕਿਸੇ ਨੂੰ ਵੀ ਮਿਲ ਸਕਦਾ, ਲੇਕਿਨ ਇਸ਼ੂ ਲੋਕਾਂ ਲੋਕਤੰਤਰ ਹੈ, ਦੱਸਣਾ ਚਾਹੀਦਾ ਨਾ ਵੀ ਕਿਸ ਇਸ਼ੂ ਤੇ ਮਿਲੇ, ਕਿਉਂ ਮਿਲੇ ਤੁਸੀਂ। ਇਹਦੇ ਪਿੱਛੇ ਇੱਕ ਹੋਰ ਪ੍ਰੋਬਲਮ ਹੈ ਕਿ ਹੁਣ ਤੱਕ ਇਹੋ ਜਿਹਾ ਕੁਛ ਹੀ ਹੁੰਦਾ ਆ ਰਿਹਾ। ਜਿਹੜੇ ਰੰਜਨ ਗੋਗੋਈ ਸੀ ਉਹ ਵੀ ਇਹੀ ਲੱਗਦਾ ਸੀ ਬੜੇ ਸਖਤ ਨੇ, ਤੇ ਬਾਅਦ ਚ ਪਤਾ ਲੱਗਿਆ ਜਦੋਂ ਰਿਟਾਇਰਮੈਂਟ ਤੋਂ 1.5-2 ਮਹੀਨੇ ਬਾਅਦ ਉਹ ਰਾਜ ਸਭਾ ਚਲੇ ਗਏ, ਡੀਲ ਨਹੀਂ ਹੋਈ ਸੀ। ਜੁਡੀਸ਼ਰੀ ਨੂੰ ਤਾਂ ਚਾਹੀਦਾ ਤਾਂ ਇਹ ਤੁਸੀਂ ਕਾਨੂੰਨ ਪਾਸ ਕਰੋ ਵੀ ਅਗਲੇ 4-5 ਸਾਲ ਰਿਟਾਇਰਮੈਂਟ ਤੋਂ ਬਾਅਦ ਕੁਛ ਨਹੀਂ, ਇੱਥੇ ਤਾਂ ਨਾਂ ਦੀ ਨਾਂ ਤੁਸੀਂ ਰਾਜ ਸਭਾ ਜਾਂ ਲੋਕ ਸਭਾ ਦਾ ਟਿਕਟ ਮਿਲ ਜਾਂਦਾ। ਤੋ ਇਹ ਰਾਜ ਸਭਾ 'ਚ ਭੇਜਤਾ ਸੀ ਇਹਨਾਂ ਨੂੰ। ਇਹਨਾਂ ਬਾਰੇ ਤਾਂ ਵੈਸੇ ਇੱਕ ਚਰਚਾ ਹੋਰ ਉਦੋਂ ਵੀ ਹੋਈ ਸੀ ਜਦੋਂ ਇਹਨਾਂ ਨੇ ਕਿਹਾ ਜਦੋਂ ਰਾਮ ਮੰਦਿਰ ਦਾ ਫੈਸਲਾ, ਮੈਨੂੰ ਕੁਛ ਨਾ ਸੁਝੇ, ਮੈਂ ਬੈਠ ਗਿਆ ਜੀ, ਮੈਂ ਤਾਂ ਭਗਵਾਨ ਰਾਮ ਦੇ ਚਰਨਾਂ 'ਚ ਬੈਠ ਕੇ ਉਹਨਾਂ ਨੇ ਮੈਨੂੰ ਲਾਈਟ ਦਿਖਾਈ। ਗੱਲ ਇਹ ਹੈ ਸੰਵਿਧਾਨ ਨਿਰਪੱਖਤਾ ਦਾ ਸਾਡਾ, ਤੇ ਨਿਰਪੱਖ ਹੋ ਕੇ ਸੰਵਿਧਾਨ ਜਿਹੜਾ ਹੈ ਨਾ ਉਹਦੇ ਮੁਤਾਬਕ ਕੁਛ ਹੋਣਾ ਚਾਹੀਦਾ ਸੀ। ਖੈਰ ਕੁਛ ਵੀ ਹੈ, ਇਹ ਚਰਚਾ ਜਿਹੜੀ ਹੈ ਕਾਫੀ ਜ਼ਿਆਦਾ ਜ਼ੋਰਾਂ 'ਤੇ ਹੈ ਕਿ ਜੀ ਇਹ ਜਿਹੜੇ ਡੀ ਵਾਈ ਚੰਦਰਚੂੜ ਦੀਆਂ ਨਜ਼ਦੀਕੀਆਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਇਹਨਾਂ ਨਾਲ, ਮੋਦੀ ਸਾਹਿਬ ਨਾਲ। ਬਾਕੀ ਤਾਂ ਹੁਣ ਬਾਅਦ 'ਚ ਪਤਾ ਲੱਗੂ ਵੀ ਇਹ 'ਚੋਂ ਨਿਕਲਦਾ ਕੀ ਹੈ। ਪ੍ਰਵਾਸੀਆਂ ਬਾਰੇ ਇੱਕ ਖਬਰ ਹੈ, ਮਾੜੀ ਹੈ ਪਰ ਕਸੂਰ ਵੀ ਸਾਡਾ। ਕੈਨੇਡਾ ਦੇ ਵਿੱਚ ਇੱਕ ਏਜੰਸੀ ਨੇ ਇਨਵਾਇਰੋਨਿਕਸ ਇਸ ਸੰਸਥਾ ਨੇ ਇੱਕ ਸਰਵੇਖਣ ਕੀਤਾ, ਤੇ ਮੈਂ ਜਿਹੜੇ ਅਖਬਾਰ ਚੋਂ ਖਬਰ ਲਈ ਉਹ ਅਖਬਾਰ ਨੇ ਏਸ਼ੀਅਨ ਪੈਸੀਫਿਕ ਪੋਸਟ ਦਾ ਹਵਾਲਾ ਦਿੱਤਾ ਸੋਰਸ ਦੇ ਵਿੱਚ। ਉਹ ਕਹਿੰਦੇ ਦੇਖੋ, ਇੱਕ ਤਾਂ ਕੈਨੇਡਾ 'ਚ ਉਹਨਾਂ ਨੇ ਕਈ ਡਾਟੇ ਦਿੱਤੇ, 2023 ਤੋਂ ਹੁਣ ਤੱਕ ਪ੍ਰਵਾਸੀਆਂ ਦੀ ਗਿਣਤੀ 14% ਪੁਆਇੰਟ ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਨਾਲੋਂ 17% ਜ਼ਿਆਦਾ ਹੈ। ਇਸ ਤਰ੍ਹਾਂ ਦੀ ਕੋਈ ਗੱਲ ਉਹਨੇ ਦੱਸ ਕੇ, ਸਿਰਫ ਤੁਹਾਡੇ ਇੰਟਰਸਟ ਵਾਲੀ ਗੱਲ ਇੰਨੀ ਹੈ, 43% ਕੈਨੇਡੀਅਨ ਇਹ ਕਹਿੰਦੇ ਨੇ ਕਿ ਪ੍ਰਵਾਸੀ ਜਿਹੜੇ ਨੇ ਉਹ ਫਰਜ਼ੀ ਦਸਤਾਵੇਜ਼ਾਂ ਨਾਲ ਆਏ ਨੇ, ਗਲਤ ਤਰੀਕੇ ਨਾਲ ਇੱਥੇ ਆਏ ਨੇ। ਮੈਨੂੰ ਲੱਗਦਾ ਇੰਨਾ ਤਾਂ ਨਹੀਂ, ਪਰ ਏਜੰਸੀ ਨੇ ਸਰਵੇ ਕੀਤਾ ਤੇ ਹੁਣ ਉਹਦਾ ਦਾਅਵਾ ਹੈ। ਪਰ ਦਰਸ਼ਕ, ਖਬਰਾਂ ਦਾ ਸਿਲਸਿਲਾ ਮੈਨੂੰ ਇੱਥੇ ਸਮਾਪਤ ਕਰਨਾ ਪੈਣਾ, ਕਿਉਂਕਿ ਵਕਤ ਆਗਿਆ ਨਹੀਂ ਦੇ ਰਿਹਾ। ਵਕਤ ਮੈਨੂੰ ਆਗਿਆ ਦੇ ਰਿਹਾ ਕਿ ਮੈਂ ਤੁਹਾਡੇ ਤੋਂ ਆਗਿਆ ਲਵਾਂ, ਮੈਂ ਤੁਹਾਡੇ ਤੋਂ ਆਗਿਆ ਲੈਣਾ। ਤੇ ਆਪਾਂ ਮਿਲਦੇ ਹਾਂ ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀ ਸ਼ੋਅ 'ਚ, ਤੇ ਅੱਜ ਸ਼ਾਮ ਨੂੰ 5:30 ਚਰਚਾ, ਫਿਰ ਰਾਤ ਨੂੰ 9:15 ਚਰਚਾ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ।